ਪੰਜਾਬ ਕੀ ਆ ਤੁਹਾਡੇ? ਮੇਰਾ ਬਚਪਨ ਜੀ, ਪੰਜਾਬ ਪਿਆਰ ਆ, ਪੰਜਾਬ ਨੇ ਮੈਨੂੰ ਇੰਨਾ ਪਿਆਰ ਦਿੱਤਾ, ਸੋ ਪੰਜਾਬ ਮੇਰੇ ਲਈ ਸਭ ਕੁਛ ਆ ਜੀ। ਪੰਜਾਬ ਦੀ ਗੱਲ ਵੀ ਕਰਦੀ ਹਾਂ ਤਾਂ ਮੈਨੂੰ ਲੱਗਦਾ ਇੱਕ ਇਮੋਸ਼ਨਲ ਫੀਲਿੰਗ ਆਉਂਦੀ ਆ, ਕਿਉਂਕਿ ਇੱਥੇ ਮੇਰੀ ਜੋ ਸੁਰਤ ਆ ਮੇਰੀ ਪੰਜਾਬ 'ਚ ਖੁੱਲ੍ਹੀ ਆ, ਮੇਰੇ ਦਾਦਾ ਦਾਦੀ ਜੀ ਕੋਲ। ਕਿੰਨਾ ਸਮਾਂ ਇੱਥੇ ਰਹੇ ਹੋ ਪੰਜਾਬ? ਜੋ ਮੇਰਾ ਬਰਥ ਆ ਜੀ ਉਹ ਕੈਨੇਡਾ ਦਾ। ਕੈਨੇਡਾ? ਹਾਂਜੀ। ਅਤੇ ਜਦੋਂ ਮੈਂ ਛੋਟੀ ਸੀਗੀ ਮੇਰੇ ਪਾਪਾ ਮੈਨੂੰ ਇੱਥੇ ਲਿਆਏ ਸੀਗੇ, ਅਤੇ ਉਹ ਤੋਂ ਬਾਅਦ ਫਿਰ ਮੈਂ ਆਪਦੇ ਦਾਦਾ ਦਾਦੀ ਜੀ ਕੋਲ 5 ਸਾਲ ਰਹੀ। ਉੱਥੇ ਰਹਿ ਕੇ ਜਾਣੀ ਕਿ ਇੰਨੀ ਵਧੀਆ ਪੰਜਾਬੀ ਬੋਲ ਲੈਂਦੇ ਹੋ? ਨਹੀਂ ਜੀ, ਮੈਨੂੰ ਲੱਗਦਾ ਜਿਹੜੇ 5 ਸਾਲ ਰਹੀ ਹਾਂ ਉਹਦਾ ਹੀ ਅਸਰ ਆ। ਮੈਨੂੰ ਲੱਗਦਾ ਜੋ ਆਪਣਾ ਇਨਵਾਇਰਮੈਂਟ ਹੁੰਦਾ, ਕਿਉਂਕਿ ਸਾਡੇ ਘਰ ਵੀ ਪੰਜਾਬੀ ਬੋਲਦੇ ਰਹੇ ਆ ਮੇਰੇ ਮੰਮੀ ਡੈਡੀ, ਅਤੇ ਜਿਹੜੀ ਆਈ ਥਿੰਕ ਉਹ ਗੂੜੀ ਪੰਜਾਬੀ ਹੁੰਦੀ ਆ, ਕਿਉਂਕਿ ਉਹ 93 ਦੇ ਗਏ ਹੋਏ ਆ, ਅਤੇ ਉਹਨਾਂ ਦੇ ਵਿੱਚ ਜੋ ਪੰਜਾਬੀ ਆ ਉਹਨਾਂ ਨੂੰ ਲੱਗਦਾ ਪੰਜਾਬ ਉੱਦਾਂ ਦਾ ਹੀ ਆ। ਸਾਡੇ ਘਰ ਵੀ ਉਹੀ ਬੋਲੀ ਉਹਨਾਂ ਨੇ ਬੋਲੀ ਆ ਸ਼ੁਰੂ ਤੋਂ, ਜੋ ਕਿ ਜਿਹੜੀ ਗੂੜੀ ਪੁਰਾਣੀ ਪੰਜਾਬੀ ਆ। ਕੈਨੇਡਾ 'ਚ ਰਹਿੰਦੇ ਸੀ? ਹਾਂਜੀ। ਮਤਲਬ ਕੀ ਮਹਿਸੂਸ ਕਰਦੇ ਹੁੰਦੇ ਸੀ ਪੰਜਾਬ ਨੂੰ ਲੈ ਕੇ, ਜਾਂ ਮਿਸ ਤਾਂ ਕਰਦੇ ਹੋਵੋਗੇ ਕਿਉਂਕਿ ਉੱਥੇ ਬੰਦਾ ਰਹਿੰਦਾ? ਹਾਂਜੀ। ਮਤਲਬ 5 ਸਾਲ ਇੱਥੇ ਤੁਸੀਂ ਕੱਟੇ? ਹਾਂਜੀ। ਕੀ ਮਹਿਸੂਸ ਕੀਤਾ ਉੱਥੇ? ਮੈਂ ਦੱਸ ਨਹੀਂ ਸਕਦੀ ਮੈਂ ਕਿੰਨਾ ਮਿਸ ਕੀਤਾ, ਸੋਰੀ ਮੈਂ ਤੁਹਾਡਾ ਕੁਐਸਚਨ ਕੱਟ ਆਫ ਕੀਤਾ। ਮੈਂ ਬਹੁਤ ਮਿਸ ਕੀਤਾ, ਛੋਟੇ ਹੁੰਦੇ ਮੈਨੂੰ ਨਾ ਦੱਸਣਾ ਨਹੀਂ ਆ ਰਿਹਾ ਹੁੰਦਾ ਸੀ ਆਪਦੇ ਮੰਮੀ ਡੈਡੀ ਨੂੰ ਕਿ ਮੈਨੂੰ ਯਾਦ ਆਉਂਦੀ ਹੈ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਮੇਰੇ ਦਾਦਾ ਦਾਦੀ ਹੋਈ ਮੇਰੇ ਮੰਮੀ ਡੈਡੀ ਆ। ਅਤੇ ਫਿਰ ਜਦੋਂ ਮੇਰੀ ਮੰਮਾ ਲੈਣ ਆਏ, ਕਿਉਂਕਿ ਸਕੂਲ ਉੱਥੇ ਸਟਾਰਟ ਹੋਣਾ ਸੀਗਾ, ਅਤੇ ਉਹ ਤੋਂ ਬਾਅਦ ਮੈਨੂੰ ਨਾ ਦੱਸਣਾ ਨਹੀਂ ਆਉਂਦਾ ਹੁੰਦਾ ਸੀ ਕਿ ਮੈਨੂੰ ਯਾਦ ਆਉਂਦੀ ਆ ਉਹਦੀ, ਮੈਨੂੰ ਸਾਡੇ ਵਿਹੜੇ ਦੀ ਯਾਦ ਆਉਂਦੀ ਆ, ਮੈਨੂੰ ਘਰ ਦੀ ਆਪਣੀ ਗੁਆਂਢੀਆਂ ਦੀ ਯਾਦ ਆਉਂਦੀ ਆ, ਇੱਥੇ ਤੁਹਾਡੇ ਘਰ ਛੋਟੇ ਆ, ਮਤਲਬ ਕਾਫੀ ਮੇਰੇ ਲਈ ਔਖਾ ਰਿਹਾ। ਜਦੋਂ ਆਉਂਦੇ ਹੋ ਉੱਧਰੋਂ, ਹਾਂਜੀ, ਕੀ ਮਹਿਸੂਸ ਹੁੰਦਾ? ਹਾਂਜੀ, ਜਦੋਂ ਇੱਥੋਂ ਫਿਰ ਜਾਂਦੇ ਹੋ ਪੰਜਾਬ ਤੋਂ? ਜੇ ਹੁਣ ਮੈਂ ਉੱਥੇ ਵਾਪਸ ਚਲ ਗਈ, ਜੇ ਕੋਈ ਵਿਆਹ ਆਉਣਾ ਸੀ 2 ਹਫ਼ਤੇ ਲਈ ਆਉਣਾ, ਉਦੋਂ ਤਾਂ ਮੈਂ ਹਰ ਵਾਰੀ ਰੋਂਦੀ ਹੁੰਦੀ ਸੀ ਕਿ ਮੈਨੂੰ ਇੱਥੇ ਵਾਪਸ ਛੱਡ ਦਿਉ, ਕਿ ਮੈਂ ਇੱਥੇ ਰਹਿਣਾ, ਮਤਲਬ ਉਦੋਂ ਤਾਂ ਜਿੱਦਾਂ ਰੋ ਪਿੱਟ ਕੇ ਜਾਂਦੀ ਹੁੰਦੀ ਸੀ ਹਰ ਵਾਰੀ, ਪਰ ਹੁਣ ਮੈਨੂੰ ਪਤਾ ਕਿ ਵਾਪਸ ਆ ਜਾਣਾ ਅਤੇ ਪੰਜਾਬ ਖਿੱਚ ਲਿਆਉਂਦਾ ਵਾਪਸ। 5 ਸਾਲ ਇੱਥੇ ਗੁਜ਼ਾਰੇ? ਹਾਂਜੀ। 5 ਸਾਲ ਦੀ ਕਿਹੜੀ ਕਿਹੜੀ ਯਾਦ ਆ ਜਿਹੜੀ ਮਤਲਬ ਸਭ ਤੋਂ ਜ਼ਿਆਦਾ ਮਿਸ ਕਰਦੇ? ਮੇਰੇ ਦਾਦਾ ਦਾਦੀ ਨੂੰ, ਕਿਉਂਕਿ ਹੁਣ ਉਹ ਨਹੀਂ ਰਹੇ ਹੈਗੇ ਜੀ, ਅਤੇ ਉਹਨਾਂ ਦੋਨਾਂ ਨੂੰ ਬਹੁਤ ਯਾਦ ਕਰਦੀ ਹਾਂ। ਬੈੱਡ ਤੋਂ ਚੱਕਣਾ ਅਤੇ ਉਹਨਾਂ ਨੇ ਮੈਨੂੰ ਯਾਦ ਆ ਦਾਦਾ ਜੀ ਨੇ ਕਹਿਣਾ ਕਿ ਨਹੀਂ ਵੀ ਜ਼ਮੀਨ 'ਤੇ ਵੀ ਨਹੀਂ ਪੈਰ ਲਾਉਣੇ, ਅਤੇ ਉਹਨਾਂ ਨੇ ਮੈਨੂੰ ਚੱਕ ਕੇ ਵਾਸ਼ਰੂਮ ਲੈ ਕੇ ਜਾਣਾ, ਉਹਨਾਂ ਨੇ ਫਿਰ ਵਾਸ਼ਰੂਮ ਤੋਂ ਸਿੱਧਾ ਬੈੱਡ 'ਤੇ ਮੇਰੀ ਦਾਦੀ ਜੀ ਨੇ ਮੇਰੇ 2 ਗੁੱਤਾਂ ਕਰਕੇ, ਅਤੇ ਮੇਰੇ ਦਾਦਾ ਜੀ ਨੇ ਮੈਨੂੰ 1 ਰੁਪਈਆ ਦਿੰਦੇ ਹੁੰਦੇ ਸੀ ਡੇਲੀ, ਅਤੇ ਫਿਰ ਬੱਸ 'ਤੇ ਚੜਾ ਦੇਣਾ, ਫਿਰ ਮੈਂ ਰੋਂਦੀ ਪੱਟਦੀ ਨੇ ਸਕੂਲੇ ਜਾਇਆ ਕਰਨਾ, ਕਿਉਂਕਿ ਮੇਰਾ ਬਿਲਕੁਲ ਜੀ ਨਹੀਂ ਕਰਦਾ ਸੀ ਵਾਪਸ ਆ ਕੇ, ਫਿਰ ਉਹਨਾਂ ਨੇ ਮੈਨੂੰ ਸਿੱਧਾ ਬੱਸ ਤੋਂ ਗੋਦੀ। ਮੈਂ ਕੈਨੇਡਾ ਰਹਿੰਦੀ ਹਾਂ, ਮੈਂ ਸਰੀ ਰਹਿੰਦੀ ਹਾਂ, ਐਂਡ ਉੱਥੇ ਬਹੁਤ ਪੰਜਾਬੀ ਨੇ, ਉੱਥੇ ਬਹੁਤ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ ਜਿਹੜੇ ਆਉਂਦੇ ਨੇ, ਅਤੇ ਜੋ ਮੈਂ ਅਬਜ਼ਰਵ ਕੀਤਾ ਆ, ਆਈ ਥਿੰਕ ਉੱਥੇ ਉਹਨਾਂ ਨੇ ਆਪਣਾ ਕਲਚਰ ਬਹੁਤ ਮੇਨਟੇਨ ਕੀਤਾ ਹੋਇਆ। ਓਵਰਆਲ ਜਿੱਦਾਂ ਦਾ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਉਦਾਂ ਦਾ ਨਹੀਂ ਹੈ? ਨਹੀਂ ਹੈਗਾ, ਸੱਚੀ ਦੱਸਾਂ ਨਹੀਂ ਹੈਗਾ। ਜਿੱਦਾਂ ਪੰਜਾਬ ਨੂੰ ਵੀ ਦਿਖਾਇਆ ਜਾ ਰਿਹਾ? ਹਾਂਜੀ, ਇੰਨਾ ਨੈਗੇਟਿਵ ਨਹੀਂ ਹੈਗਾ ਮਾਹੌਲ। ਹੁਣ ਇੰਟਰਨੈਸ਼ਨਲ ਸਟੂਡੈਂਟਸ ਆ ਗਏ ਆ ਬਹੁਤ, ਮਤਲਬ ਉਹਨਾਂ ਨੇ ਬਹੁਤ ਵਧੀਆ ਮਾਹੌਲ ਬਣਾਇਆ ਹੋਇਆ ਆ, ਉਹਨਾਂ ਨੇ ਮਤਲਬ ਮਿਹਨਤ ਵੀ ਕਰਦੇ ਆ, ਆਪਣਾ ਇੰਜੋਏ ਵੀ ਕਰਦੇ ਆ, ਉੱਥੇ ਸਰਦਾਰ ਵੀ ਨੇ, ਆਪਣੀ ਸਰਦਾਰੀ ਵੀ ਮੇਨਟੇਨ ਕੀਤੀ ਹੋਈ ਆ। ਕਹਿੰਦੇ ਵੀ ਪੰਜਾਬੀ ਨਹੀਂ ਹੁੰਦੇ। ਸਹੀ ਗੱਲ ਹੈ ਜੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਰਾਜਵੀਰ ਸਿੰਘ। ਇਤਿਹਾਸ ਹਮੇਸ਼ਾ ਮਨੁੱਖ ਦਾ ਰਾਹ ਦਸੇਰਾ ਬਣਦਾ ਹੈ, ਜਿਵੇਂ ਜਿਵੇਂ ਮਨੁੱਖ ਤਰੱਕੀ ਕਰਦਾ ਉਵੇਂ ਉਵੇਂ ਇਤਿਹਾਸ ਹੈ ਜਿਹੜਾ ਉਹ ਨਾਲ ਚੱਲਦਾ। ਇਤਿਹਾਸ ਦੀਆਂ ਗਲਤੀਆਂ ਤੋਂ ਮਨੁੱਖ ਹਮੇਸ਼ਾ ਸਿੱਖਦਾ, ਅਤੇ ਛੋਟੇ ਹੁੰਦਿਆਂ ਤੋਂ ਅਸੀਂ ਇਤਿਹਾਸ ਹੈ ਜਿਹੜਾ ਪੜ੍ਹਦੇ ਆਏ ਹਾਂ, ਕਿਤਾਬਾਂ ਦੇ ਵਿੱਚ ਸਿਲੇਬਸ ਦੇ ਵਿੱਚ ਸੁਣਦੇ ਆਏ ਹਾਂ, ਆਪਣੇ ਦਾਦਿਆਂ ਤੋਂ, ਆਪਣੇ ਨਾਨਿਆਂ ਤੋਂ, ਦਾਦੀਆਂ ਨਾਨੀਆਂ ਤੋਂ, ਮਾਵਾਂ ਤੋਂ,
ਅਤੇ ਇੱਕ ਅਜਿਹੀ ਸਟੋਰੀ ਜਿਹੜੀ ਹੈ, ਕਹਾਣੀ ਜਿਹੜੀ ਹੈ ਅਸੀਂ ਸੁਣਦੇ ਆਏ ਹਾਂ ਬੀਬੀ ਰਜਨੀ ਦੀ, ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਦਾ ਸਟਰਗਲ ਹੁੰਦਾ, ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਆਹ ਜਿਹੜਾ ਕੀਤਾ ਜਾਂਦਾ ਕੰਗਲੇ ਦੇ ਨਾਲ, ਤਾਂ ਉਹਨਾਂ ਨੂੰ ਸਹੀ ਕਿਵੇਂ ਕਰਦੇ ਨੇ, ਸਿਰੜ ਅਤੇ ਸਬਰ ਕਿਸ ਤਰੀਕੇ ਨਾਲ ਰੱਖਦੇ ਨੇ। ਹੁਣ ਉਹ ਸਟੋਰੀ ਹੈ ਜਿਹੜੀ, ਹੁਣ ਉਹ ਕਹਾਣੀ ਹੈ ਜਿਹੜੀ, ਉਹ 'ਤੇ ਫਿਲਮ ਬਣਨ ਜਾ ਰਹੀ ਹੈ। ਉਹਦੇ ਵਿੱਚ ਮੁੱਖ ਕਿਰਦਾਰ ਜਿਹੜਾ ਨਿਭਾਇਆ ਰੂਪੀ ਗਿੱਲ ਹੋਰਾਂ ਨੇ, ਸਾਡੇ ਨਾਲ ਨੇ, ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਕਹਾਣੀ ਅਕਸਰ ਆਪਾਂ ਸੁਣਦੇ ਰਹੇ ਹਾਂ ਛੋਟੇ ਹੁੰਦੇ ਜੀ, ਦਾਦੀਆਂ ਤੋਂ, ਨਾਨੀਆਂ ਤੋਂ, ਮਾਵਾਂ ਤੋਂ ਜੀ। ਉਸ ਕਹਾਣੀ ਦਾ ਪਾਤਰ ਬਣ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ ਜੀ? ਮੈਨੂੰ ਲੱਗ ਰਿਹਾ ਕਿ ਬਹੁਤ ਮਾਣ ਵਾਲੀ ਗੱਲ ਆ ਕਿ ਮੈਂ ਇਸ ਕਹਾਣੀ ਦਾ ਹਿੱਸਾ ਬਣ ਚੁੱਕੀ ਹਾਂ। ਇਸ ਕਹਾਣੀ ਦਾ ਨਹੀਂ, ਪਰ ਇਸ ਕਹਾਣੀ ਨੂੰ ਅਸੀਂ ਮਤਲਬ ਸਿਨੇਮੇ ਦੇ ਰਾਹੀਂ ਆਡੀਅੰਸ ਤੱਕ ਲੈ ਕੇ ਜਾ ਸਕਦੇ ਹਾਂ ਜੀ। ਸੋ ਬਹੁਤ ਵਧੀਆ ਫੀਲ ਹੋ ਰਿਹਾ ਜੀ। ਕਹਾਣੀ ਸੁਣਦੇ ਹੁੰਦੇ ਸੀ ਇੱਕ ਜੀ, ਹੁਣ ਉਹਦੇ ਵਿੱਚ ਵਿਚਰਨ ਦਾ ਕਿਤੇ ਨਾ ਕਿਤੇ, ਚਲੋ ਉਹ ਤਾਂ ਸਮਾਂ ਹੋਰ ਸੀ ਜੀ, ਪਰ ਕਿਤੇ ਨਾ ਕਿਤੇ ਉਹ ਪਾਤਰ ਜਿਹੜਾ ਹੈ ਸੀ ਮੇਨ ਬੀਬੀ ਰਜਨੀ ਜੀ, ਉਹਦਾ ਕਿਰਦਾਰ ਤੁਸੀਂ ਉਹਨਾਂ ਦਾ ਨਿਭਾਇਆ ਜੀ, ਤਾਂ ਕਿੱਦਾਂ ਦਾ ਸੀਗਾ ਸਫ਼ਰ ਰੂਪੀ ਤੋਂ ਬੀਬੀ ਰਜਨੀ ਤੱਕ? ਸਫ਼ਰ ਬਹੁਤ ਸੋਹਣਾ ਸੀਗਾ ਜੀ। ਇਹ ਸਫ਼ਰ ਆਈ ਥਿੰਕ, ਮੈਨੂੰ ਲੱਗਦਾ ਮੇਰੇ ਜੋ ਸਾਡੀ ਟੀਮ ਆ, ਸਾਡੇ ਡਾਇਰੈਕਟਰਸ ਨੇ, ਰਾਈਟਰਸ ਨੇ, ਇੱਕ ਇੱਕ ਇਨਸਾਨ ਜੋ ਇਸ ਟੀਮ ਇਸ ਫਿਲਮ ਦੇ ਨਾਲ ਜੁੜਿਆ ਹੋਇਆ, ਉਹਨਾਂ ਤੋਂ ਬਿਨਾਂ ਇਹ ਸਫ਼ਰ ਪੋਸੀਬਲ ਨਹੀਂ ਸੀਗਾ। ਅਤੇ ਜਿੰਨੀ ਖੂਬਸੂਰਤੀ ਨਾਲ ਅਸੀਂ ਇਹ ਮਤਲਬ ਫਿਲਮ ਦੀ ਜਰਨੀ ਅਸੀਂ ਮਤਲਬ ਨਿਭਾਈ ਹੈ, ਆਈ ਥਿੰਕ ਇੱਕ ਇੱਕ ਬੰਦੇ ਦਾ ਮਤਲਬ ਇੱਕ ਇੱਕ ਇਨਸਾਨ ਦਾ ਮਤਲਬ ਬਹੁਤ ਪੋਜ਼ਿਟਿਵ ਐਨਰਜੀ ਜੁੜੀ ਹੋਈ ਆ ਅਤੇ ਬਹੁਤ ਮਿਹਨਤ ਲੱਗੀ ਹੋਈ ਹੈ ਜੀ ਇਸ ਫਿਲਮ 'ਚ। ਤਾਂ ਹਮੇਸ਼ਾ ਕਿਹਾ ਜਾਂਦਾ ਸੀ ਸਿਨੇਮੇ ਦੇ ਵਿੱਚ, ਆਪਣੇ ਪੰਜਾਬੀ ਸਿਨੇਮੇ ਦੇ ਵਿੱਚ, ਤਾਂ ਵੀ ਮੰਨ ਲਓ ਹਾਸ ਰਸ ਕਾਫੀ ਜ਼ਿਆਦਾ ਆ ਗਿਆ, ਫਿਲਮਾਂ ਜਿਹੜੀਆਂ ਆਉਂਦੀਆਂ ਜ਼ਿਆਦਾ ਕਾਮੇਡੀ 'ਤੇ ਆਉਣ ਲੱਗ ਗਈਆਂ ਪੰਜਾਬੀ ਦੇ ਵਿੱਚ, ਤਾਂ ਹੁਣ ਆ ਪਿਛਲਾ ਦੌਰ ਜਿਹਾ ਹੋਇਆ ਜਿਹੜਾ, ਇਹਦੇ ਵਿੱਚ ਮੰਨ ਲਓ ਸੋਸ਼ਲ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਪਰ ਫਿਲਮਾਂ ਆ ਰਹੀਆਂ ਨੇ, ਰਿਲੀਜੀਅਸ ਫਿਲਮਾਂ ਆ ਰਹੀਆਂ ਨੇ ਜਿਵੇਂ ਬੀਬੀ ਰਜਨੀ ਦੀ ਫਿਲਮ ਹੈ, ਹਾਂਜੀ, ਤਾਂ ਮਤਲਬ ਕਿਤੇ ਤੁਸੀਂ ਸੁਣਦੇ ਹੁੰਦੇ ਸੀ ਇਹ ਕਹਾਣੀ ਜਿਨ੍ਹਾਂ ਦਾਦੀਆਂ ਨਾਨੀਆਂ ਤੋਂ, ਮਾਵਾਂ ਤੋਂ, ਹਾਂਜੀ, ਹੁਣ ਉਹਨਾਂ ਨੂੰ ਦੇਖਣ ਦਾ ਮੌਕਾ ਮਿਲੂ ਜੀ, ਇਹ ਕਿੱਦਾਂ ਦਾ ਐਕਸਪੀਰੀਅੰਸ ਹੋਊਗਾ? ਮੰਨ ਲਓ ਜਿਨ੍ਹਾਂ ਤੋਂ ਸੁਣਦੇ ਸੀ ਉਹਨਾਂ ਦੇ ਨਾਲ ਬਹਿ ਕੇ ਦੇਖੋਗੇ, ਉਹਨਾਂ ਨੂੰ ਦਿਖਾਓਗੇ ਵੀ ਇਦਾਂ ਦਾ ਹੋ ਸਕਦਾ? ਇਹ ਨਾ ਜੀ ਮੈਂ ਆਪਦੀ ਮੰਮੀ ਤੋਂ ਸੁਣੀ ਹੋਈ ਸੀ ਕਹਾਣੀ ਛੋਟੇ ਹੁੰਦੇ, ਤੇ ਮੈਂ ਸੱਚੀ ਦੱਸਾਂ, ਤੁਸੀਂ ਮਤਲਬ ਮੈਨੂੰ ਪੁੱਛਿਆ ਕਿ ਕਿੱਦਾਂ ਦਾ ਮਤਲਬ ਮਹਿਸੂਸ ਹੋਊਗਾ, ਮੈਨੂੰ ਹਜੇ ਤੱਕ ਸੱਚੀ ਮਤਲਬ ਵਿਸ਼ਵਾਸ ਨਹੀਂ ਹੋ ਰਿਹਾ, ਪਹਿਲੀ ਤਾਂ ਗੱਲ ਆ। ਤੇ ਦੂਜੀ ਗੱਲ, ਜਦੋਂ ਅਸੀਂ ਆਈ ਥਿੰਕ ਸਾਰੇ ਬੈਠਾਂਗੇ ਤੇ ਮੈਂ ਆਪਣੀ ਫੈਮਿਲੀ ਨਾਲ ਦੇਖਾਂਗੀ, ਤੇ ਉਦੋਂ ਮੈਨੂੰ ਹਜੇ ਤੱਕ ਮੈਂ ਇਮੇਜਿਨ ਨਹੀਂ ਕਰ ਸਕਦੀ ਕੀ ਫੀਲਿੰਗ ਹੋਊਗੀ। ਕਿ ਇੱਕ ਟਾਈਮ ਸੀਗਾ ਜਦੋਂ ਉਹਨਾਂ ਨੇ ਮੈਨੂੰ ਕਹਾਣੀ ਦੱਸੀ ਸੀ, ਸੁਣਾਈ ਸੀ ਮੈਨੂੰ ਤੇ ਮੇਰੇ ਭਰਾ ਨੂੰ, ਤੇ ਉਹੀ ਅਸੀਂ ਮਤਲਬ ਸਿਨੇਮੇ ਦੇ ਰਾਹੀਂ ਲੈ ਕੇ ਆ ਰਹੇ ਹਾਂ ਤੇ ਅਸੀਂ ਇਕੱਠੇ ਬਹਿ ਕੇ ਦੇਖਾਂਗੇ, ਉਹ ਮੈਨੂੰ ਲੱਗਦਾ ਦੁਨੀਆਂ ਤੋਂ ਅਲੱਗ ਹੀ ਫੀਲਿੰਗ ਹੋਊਗੀ ਉਦੋਂ। ਤਾਂ ਬੀਬੀ ਰਜਨੀ ਦੀ ਆਪਾਂ ਗੱਲ ਕਰ ਲਈਏ, ਉਹਨਾਂ ਦਾ ਜੀਵਨ ਹੈ ਜਿਹੜਾ ਤੁਸੀਂ ਨੇ ਮਤਲਬ ਫਿਲਮਾਂਕਣ ਕੀਤਾ, ਫਿਲਮ ਦੇ ਵਿੱਚ ਕਿਰਦਾਰ ਨਿਭਾਇਆ, ਹਾਂਜੀ, ਤਾਂ ਅੱਜ ਦੇ ਦੌਰ ਦੇ ਵਿੱਚ ਜੇ ਗੱਲ ਕਰ ਲਈਏ ਜੀ, ਮਤਲਬ ਅੱਜ ਦੇ ਦੌਰ 'ਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਿਵੇਂ ਦੇਖਦੇ ਹੋ, ਜਾਂ ਅੱਜ ਦੇ ਜੀਵਨ ਦੇ ਵਿੱਚ ਔਰਤਾਂ ਦੇ ਨਾਲ ਰਿਲੇਟ ਕਰਕੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਜੀ? ਉਹ ਮੈਨੂੰ ਲੱਗਦਾ ਕਿ ਜਦੋਂ ਇਹ ਫਿਲਮ ਕੀਤੀ ਤਾਂ ਉਹ ਤੋਂ ਬਾਅਦ ਵੀ ਮੈਂ ਪਹਿਲਾਂ ਵੀ ਦੱਸ ਰਹੀ ਸੀਗੀ ਕਿ ਮੇਰੀ ਲਾਈਫ ਦੇ ਵਿੱਚ ਹੁਣ ਜਦੋਂ ਕੋਈ ਵੀ ਚੀਜ਼ ਹੁੰਦੀ ਆ, ਮੈਨੂੰ ਲੱਗਦਾ ਇਹ ਮੇਰੇ ਮਾਇੰਡ ਬੈਕ ਆਫ ਮਾਇੰਡ, ਪਤਾ ਨਹੀਂ ਕਿਉਂ ਬੀਬੀ ਰਜਨੀ ਜੀ ਬਹੁਤ ਹੁਣ ਮੇਰੇ ਮਤਲਬ ਆਉਣਾ ਸ਼ੁਰੂ ਹੋ ਗਿਆ ਨੈਚੁਰਲੀ, ਕਿ ਇੱਦਾਂ ਨਹੀਂ ਕਿ ਮੈਂ ਮਤਲਬ ਸੋਚਿਆ ਕਿ ਮੇਰੀ ਲਾਈਫ ਦੇ ਵਿੱਚ ਕੀ ਚੇਂਜਸ ਆਈਆਂ, ਇਹ ਨੈਚੁਰਲੀ ਹੀ ਆਈ ਚੇਂਜ। ਕਿਉਂਕਿ ਚਲੋ ਫੇਥ ਤਾਂ ਬਹੁਤ ਸੀਗਾ ਪਹਿਲਾਂ ਹੀ ਮੈਨੂੰ, ਯਕੀਨ ਤਾਂ ਬਹੁਤ ਜ਼ਿਆਦਾ ਸੀਗਾ ਵਾਹਿਗੁਰੂ 'ਤੇ, ਪਰ ਜੋ ਉਹਨਾਂ ਨੇ ਸਬਰ ਰੱਖਿਆ ਉਹ ਚੀਜ਼ ਮੈਨੂੰ ਆਈ ਥਿੰਕ ਮੈਂ ਸਾਰੀ ਲਾਈਫ ਯਾਦ ਰੱਖੂੰਗੀ, ਕਿ ਉਹਨਾਂ ਦੇ ਉਹਨਾਂ ਜੋ ਸਬਰ ਸੀਗਾ ਜੋ ਉਹਨਾਂ ਦੇ ਨਾਲ ਹੋਇਆ, ਉਹਨਾਂ ਨੇ ਇੱਕ ਵਾਰੀ ਵੀ ਉਸ ਚੀਜ਼ ਨੂੰ ਕੁਐਸਚਨ ਨਹੀਂ ਕੀਤਾ ਹੈਗਾ। ਤੇ ਹੁਣ ਮੇਰੀ ਲਾਈਫ ਦੇ ਵਿੱਚ ਛੋਟੀ ਤੋਂ ਛੋਟੀ ਗੱਲ ਵੱਡੀ ਤੋਂ ਵੱਡੀ ਗੱਲ ਜਦੋਂ ਹੁੰਦੀ ਆ,
ਤੇ ਮੈਨੂੰ ਲੱਗਦਾ ਮੈਂ ਕਾਫੀ ਟਾਈਮ ਆਪਣੇ ਆਪ ਨੂੰ ਹੀ ਕੈਚ ਕੀਤਾ ਆ ਕਿ ਮੈਂ ਉਹਨਾਂ ਵਾਂਗੂ ਤਾਂ ਚਲੋ ਮੈਂ ਕਦੇ ਨਹੀਂ ਹੋ ਸਕਦੀ, ਪਰ ਜੋ ਉਹਨਾਂ ਦੇ ਨਾਲ ਹੋਇਆ ਤੇ ਉਹਨਾਂ ਦੇ ਜੋ ਐਕਸਪੀਰੀਅੰਸ ਸੀਗਾ, ਤੇ ਮੈਂ ਕਿਤੇ ਨਾ ਕਿਤੇ ਹੋਰ ਸੋਚਦੀ ਹਾਂ ਕਿ ਉਹਨਾਂ ਨੇ ਕਿੱਦਾਂ ਸਬਰ ਰੱਖਿਆ ਤੇ ਕਿੱਦਾਂ ਇੱਕ ਫੇਥ ਰੱਖਿਆ, ਤੇ ਉਹ ਮੈਂ ਜ਼ਰੂਰ ਰਿਲੇਟ ਕਰਦੀ ਹਾਂ ਉਸ ਚੀਜ਼ ਨੂੰ ਉਹਨਾਂ ਦੇ ਨਾਲ। ਤਾਂ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਉਹਨਾਂ ਨੇ, ਤੁਸੀਂ ਫੇਥ ਰੱਖਿਆ। ਹਾਂਜੀ, ਅਜੋਕਾ ਦੌਰ ਇਹ ਜਿਹਾ ਜਿਹੜਾ ਅੱਜ ਦਾ ਦੌਰ ਚੱਲਦਾ, ਹਾਂਜੀ, ਕੋਈ ਮਾੜੀ ਜੀ ਗੱਲ ਨਾ ਹੋਵੇ, ਆਪਣੀ ਉਮਰ ਦੇ ਜਿੰਨੇ ਵੀ ਹੁੰਦੇ ਨੇ ਸਾਰੇ ਉਹ ਮਤਲਬ ਥਿੜਕ ਜਾਂਦੇ ਨੇ ਯਾਰ ਮਿਲਿਆ ਤਾਂ ਹੈ ਨੀ, ਗੁਰੂ ਘਰ ਜਾ ਕੇ ਕੁਛ ਜਾਂ ਮੰਦਰ ਜਾ ਕੇ ਮਸਜਿਦ ਜਾ ਕੇ ਕੁਛ ਬਣਿਆ ਤਾਂ ਹੈ ਨੀ ਵੀ ਛੱਡੋ ਹੁਣ, ਮਤਲਬ ਇੱਕ ਉਹ ਸੀਗੇ। ਹਾਂਜੀ, ਅੱਜ ਦੇ ਦੌਰ ਚ ਕਿਵੇਂ ਦੇਖਦੇ ਹੋ ਆਪਾਂ ਤਾਂ ਮਤਲਬ ਆਪਣਾ ਤਾਂ ਜਮਾ ਹੀ ਵਿਸ਼ਵਾਸ ਬਹੁਤ ਥੋੜਾ ਫਿਰ। ਹਾਂਜੀ, ਮੈਨੂੰ ਲੱਗਦਾ ਜੋ ਨਾਲੇ ਮੇਰਾ ਪਰਸਨਲ ਐਕਸਪੀਰੀਅੰਸ, ਹੋ ਸਕਦਾ ਮੈਂ ਗਲਤ ਵੀ ਹੋਵਾਂ ਇਸ ਚੀਜ਼, ਅੱਜ ਕੱਲ ਦੀ ਜਨਰੇਸ਼ਨ ਚ ਵੀ ਹੈਗਾ ਫੇਥ। ਆਈ ਥਿੰਕ ਆਪਾਂ, ਮੈਂ ਜਿੱਥੇ ਤੱਕ ਨੋਟਿਸ ਕੀਤਾ ਆਪਣੇ ਆਲੇ ਦੁਆਲੇ, ਭਾਵੇਂ ਉਹ ਮੇਰੇ ਮਤਲਬ ਕੋ ਐਕਟਰਸ ਹੋਣ ਜਾਂ ਮੇਰੇ ਆਪਣੇ ਦੋਸਤ ਹੋਣ ਜਾਂ ਵੈਸੇ ਮੈਂ ਕਿਸੇ ਤੋਂ ਸੁਣਿਆ ਹੋਵੇ ਜਾਂ ਵੈਸੇ ਜੇ ਕਿਸੇ ਨੂੰ ਓਬਜ਼ਰਵ ਕੀਤਾ ਹੋਵੇ, ਮੈਨੂੰ ਲੱਗਦਾ ਫੇਥ ਹੈਗਾ ਸਾਰਿਆਂ 'ਚ, ਹਜੇ ਵੀ ਹੈਗਾ। ਹਾਂਜੀ, ਉਹ ਟਾਈਮ ਅਲੱਗ ਸੀਗਾ, ਉਹ ਜ਼ਰੂਰ ਆ ਕਿ ਆਪਾਂ ਕੰਪੇਅਰ ਨਹੀਂ ਕਰ ਸਕਦੇ ਆਪਣੇ ਆਪ ਨੂੰ ਉਸ ਟਾਈਮ ਨਾਲ, ਬਟ ਅੱਜ ਕੱਲ੍ਹ ਵੀ ਮੈਨੂੰ ਲੱਗਦਾ ਕਿ ਸਮਟਾਈਮਸ ਹਾਂਜੀ ਇਹ ਜ਼ਰੂਰ ਫੀਲ ਹੁੰਦਾ ਜਦੋਂ ਆਪਾਂ ਕਿਸੇ ਚੀਜ਼ 'ਤੇ ਉਮੀਦ ਲਾਈ ਹੁੰਦੀ ਹੈ ਕਿ ਉਹ ਮਿਲ ਜਾਵੇ ਅਤੇ ਨਹੀਂ ਮਿਲਦੀ ਹੈਗੀ, ਨਿਰਾਸ਼ ਜ਼ਰੂਰ ਹੁੰਦੇ ਹਾਂ ਆਪਾਂ, ਬਟ ਮੈਨੂੰ ਲੱਗਦਾ ਜਦੋਂ ਆਪਾਂ ਉਸ ਚੀਜ਼ ਨੂੰ ਇੱਕ ਮਹੀਨੇ ਬਾਅਦ, ਸਾਲ ਬਾਅਦ, 6 ਮਹੀਨੇ ਬਾਅਦ ਉਹ ਸੈਂਸ ਬਣਦੀ ਹੈ ਚੀਜ਼ ਕਿ ਕਿਉਂ ਨਹੀਂ ਮਿਲੀ ਹੁੰਦੀ, ਆਪਾਂ ਜ਼ਰੂਰ ਇੱਕ ਵਾਰੀ ਸੋਚਦੇ ਹੁੰਦੇ ਹਾਂ ਆਪਣੇ ਆਪ ਦੇ ਵਿੱਚ ਕਿ ਹਾਂ ਤੇ ਕਿਉਂ ਨਹੀਂ ਮਿਲੀ, ਕਿਉਂਕਿ ਆਪਾਂ ਨੂੰ ਸ਼ਾਇਦ ਹੋਰ ਬਿਹਤਰ ਮਿਲਣਾ ਹੋਵੇ ਜਾਂ ਕੁਛ ਕੋਈ ਰੀਜ਼ਨ ਲਈ ਆਪਣੇ ਲਈ ਨਹੀਂ ਲਿਖੀ ਸੀਗੀ, ਤੇ ਫਿਰ ਆਈ ਥਿੰਕ ਉਹ ਤੋਂ ਬਾਅਦ ਫੇਥ ਹੋਰ ਵੀ ਗੂੜਾ ਹੁੰਦਾ ਆਪਣਾ। ਸੋ ਜ਼ਰੂਰ ਮੈਂ ਦੇਖਿਆ ਜੀ, ਮੈਂ ਜਿਨ੍ਹਾਂ ਨਾਲ ਗੱਲਾਂ ਕੀਤੀਆਂ ਨੇ ਜਾਂ ਵੈਸੇ ਵੀ ਜੇ ਆਪਣੀ ਇਹ ਡਿਸਕਸ਼ਨ ਇਸ ਚੀਜ਼ 'ਤੇ ਹੁੰਦੀ ਰਹਿੰਦੀ ਆ, ਤੇ ਹਾਂ ਸਮਟਾਈਮਸ ਫੋਰ ਅ ਮੂਮੈਂਟ ਹੋ ਜਾਂਦਾ ਆਪਾਂ ਨੂੰ, ਬਟ ਆਈ ਥਿੰਕ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਵੀ ਹੈਗਾ ਫੇਥ। ਤਾਂ ਘਰੇ ਜਦੋਂ ਦੱਸਿਆ ਤੁਸੀਂ ਨੇ ਵੀ ਮੈਂ ਉਹ ਫਿਲਮ ਕਰ ਰਹੀ ਹਾਂ ਜਿਹੜੀ ਤੁਸੀਂ ਕਹਾਣੀ ਸੁਣਾਉਂਦੇ ਹੁੰਦੇ ਸੀ, ਹਾਂਜੀ, ਤਾਂ ਘਰਦਿਆਂ ਨਾਲ ਕੀ ਗੱਲਬਾਤ ਹੋਈ ਫਿਰ? ਮੇਰੀ ਐਕਚੁਲੀ ਸਭ ਤੋਂ ਪਹਿਲਾਂ ਮੇਰੀ ਮੰਮਾ ਨਾਲ ਗੱਲ ਹੋਈ ਸੀ, ਕਿਉਂਕਿ ਜਿੱਦਣ ਮੈਂ ਅਮਰ ਹੁੰਦਲ ਸਰ ਨੂੰ ਮਿਲੀ, ਉਹਨਾਂ ਨੂੰ ਜਿੱਦਣ ਅਸੀਂ ਉਹਨਾਂ ਨੇ ਨਰੇਟ ਕੀਤੀ ਮੈਨੂੰ ਫਿਲਮ, ਫਿਰ ਮੈਂ ਘਰੇ ਜਾ ਕੇ ਆਪਦੀ ਮੰਮਾ ਨੂੰ ਫੋਨ ਕਰਕੇ ਦੱਸਿਆ, ਤੇ ਫਿਰ ਉਹਨਾਂ ਨੇ ਗਾਹਾਂ ਮੇਰੇ ਪਾਪਾ ਨਾਲ ਗੱਲ ਕੀਤੀ, ਜੇ ਆਈ ਥਿੰਕ ਦੋਨਾਂ ਦੀ ਇਹੀ ਮੈਨੂੰ ਐਡਵਾਈਸ ਹੀ ਸੀਗੀ ਕਿ ਮਤਲਬ ਰੁਪਏ ਬਹੁਤ ਵੱਡੀ ਰਿਸਪੋਂਸੀਬਿਲਟੀ ਆ, ਤੇ ਹਾਂ ਖੁਸ਼ੀ ਵਾਲੀ ਗੱਲ ਆ, ਬਟ ਉਦੋਂ ਵੱਡੀ ਗੱਲ ਇਹ ਆ ਕਿ ਇਹ ਰਿਸਪੋਂਸੀਬਿਲਟੀ ਹੈ ਇੱਕ, ਤੇ ਇਹਨੂੰ ਵਧੀਆ ਤਰੀਕੇ ਨਾਲ ਨਿਭਾਉਣਾ। ਸੋ ਇਹ ਸਾਡੇ ਲਈ, ਮੇਰੇ ਤੇ ਮੇਰੇ ਪਰਿਵਾਰ ਲਈ ਇਹ ਬਹੁਤ ਵੱਡੀ ਫਿਲਮ ਆ ਜੀ, ਅਸੀਂ ਮਤਲਬ ਸਾਨੂੰ ਸਾਰਿਆਂ ਨੂੰ ਇੱਕ ਡਰ ਜੋ ਜਾਇਜ਼ ਆ ਮੈਨੂੰ ਲੱਗਦਾ ਕਿ ਮਤਲਬ ਵਧੀਆ ਤਰੀਕੇ ਨਾਲ ਅਸੀਂ ਨਿਭਾਈ ਹੋਵੇ, ਤੇ ਸਾਡੀ ਸਾਰੀ ਸਟਾਰ ਕਾਸਟ ਨੇ ਵੀ ਬਹੁਤ ਮਿਹਨਤ ਕੀਤੀ ਆ, ਤੇ ਜੋ ਆਡੀਅੰਸ ਦੀ ਉਮੀਦ ਆ ਕਿ ਉਹ ਤੇ ਮਤਲਬ ਉਹਨਾਂ ਨੂੰ ਡਿਸਅਪੋਇੰਟਮੈਂਟ ਨਾ ਹੋਵੇ ਬਿਲਕੁਲ ਵੀ ਜੀ। ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਪੁੱਛਾਂ ਬੀਬੀ ਰਜਨੀ ਦੀ ਜਿਹੜੀ ਕਹਾਣੀ ਹੈ, ਹਾਂਜੀ, ਉਹ ਕਿੱਥੇ ਕੁ ਰਿਲੇਟ ਕਰਦੀ ਹੈ ਜਾਂ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਰਹੇ ਹੋ? ਇੱਕ ਉਹ ਸਮਾਂ ਸੀਗਾ ਜਦੋਂ ਤੁਸੀਂ ਮੰਨ ਲਓ ਸੁਣਦੇ ਰਹੇ, ਹਾਂਜੀ, ਹੁਣ ਤੁਸੀਂ ਮੰਨ ਲਓ ਕਿਤੇ ਨਾ ਕਿਤੇ ਜਦੋਂ ਆਪਾਂ ਵਿਜ਼ੂਅਲ ਮੂਹਰੇ ਆਉਂਦੇ ਨੇ ਜਾਂ ਮੰਨ ਲਓ ਫਿਲਮਾਂਕਣ ਰਾਹੀਂ ਮੂਹਰੇ ਆਉਂਦੇ ਨੇ, ਮਤਲਬ ਉਹ ਲੋਕਾਂ ਤੇ ਤਾਂ ਅਸਰ ਪੈਂਦਾ ਹੀ ਪੈਂਦਾ, ਹਾਂਜੀ, ਤੁਸੀਂ ਮੰਨ ਲਓ ਉਹਨਾਂ ਦਾ ਕਿਰਦਾਰ ਨਿਭਾਇਆ, ਹਾਂਜੀ, ਤੁਹਾਡੇ ਤੇ ਕੀ ਅਸਰ ਪਿਆ ਮਤਲਬ ਬਾਕੀ ਫਿਲਮਾਂ ਵੀ ਤੁਸੀਂ ਕੀਤੀਆਂ, ਹਾਂਜੀ, ਉਹਨਾਂ ਨਾਲੋਂ ਇਸ ਫਿਲਮ ਦੇ ਵਿੱਚ? ਹਾਂਜੀ, ਜਿੱਦਾਂ ਕਿ ਪਹਿਲਾਂ ਮੈਂ ਦੱਸ ਰਹੀ ਸੀ, ਆਈ ਥਿੰਕ ਇਸ ਫਿਲਮ ਦੇ ਵਿੱਚ ਨਾ ਫਿਲਮ ਦੀ ਸ਼ੁਰੂਆਤ ਤੋਂ ਲੈ ਕੇ ਨਰੇਸ਼ਨ ਤੋਂ ਲੈ ਕੇ ਡਬਿੰਗ ਦੇ ਐਂਡ ਤੱਕ ਆਈ ਥਿੰਕ ਸਾਡੀ ਸਾਰੀ ਟੀਮ ਨੇ, ਸਿਰਫ ਮੈਂ ਨਹੀਂ, ਸਾਡੀ ਸਾਰੀ ਟੀਮ ਨੇ ਇੱਕ ਅਸੀਂ ਪੋਜ਼ਿਟਿਵ ਐਨਰਜੀ ਲੈ ਕੇ ਤੁਰੇ ਹਾਂ, ਅਤੇ ਫਿਲਮ ਦੇ ਦੌਰਾਨ ਆਈ ਥਿੰਕ ਅਸੀਂ ਸਾਰਿਆਂ ਦੇ ਇੱਕ ਫੇਥ ਅਤੇ ਸਬਰ ਉਹ ਜ਼ਰੂਰ ਅਸੀਂ ਮਤਲਬ ਉਹ ਤਾਂ ਚਲੋ ਪਹਿਲਾਂ ਵੀ ਸੀਗਾ, ਬਟ ਇੱਕ ਹੁੰਦਾ ਨਾ ਕਿ ਹੋਰ ਗੂੜਾ ਹੋ ਜਾਣਾ, ਕਿਉਂਕਿ ਕਈ ਸੀਨ ਬੀਬੀ ਰਜਨੀ ਜੀ ਦੇ ਇੱਦਾਂ ਦੇ ਸੀਗੇ ਜਿਹੜੇ ਮਤਲਬ ਮੈਂ ਇਮੈਜਿਨ ਹੀ ਨਹੀਂ ਕਰ ਸਕਦੀ ਸੀ
ਕਿ ਉਹਨਾਂ ਨਾਲ ਇੱਦਾਂ ਹੋਇਆ ਅਤੇ ਉਹਨਾਂ ਨੇ ਮਤਲਬ ਕਿੱਦਾਂ ਬਿਨਾਂ ਕੁਐਸਚਨ ਕੀਤੇ, ਬਿਨਾਂ ਕੋਈ ਸਵਾਲ ਉਠਾਏ ਆਪਣੀ ਪਿਤਾ ਜੀ ਦੀ, ਮਤਲਬ ਉਹਨਾਂ ਦੀ ਪਿਤਾ ਆਪਣੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦੇ, ਉਹਨਾਂ ਨੇ ਇੱਕ ਵਾਰੀ ਵੀ ਨਹੀਂ ਮਤਲਬ ਯੂਨੋ ਕੁਐਸਚਨ ਕੀਤਾ, ਉਹਨਾਂ ਨੇ ਕਿਹਾ ਮਤਲਬ ਵੀ ਜੋ ਵੀ ਹੋ ਰਿਹਾ ਮੈਂ ਉਹਦੇ 'ਚ ਰਾਜ਼ੀ ਹਾਂ। ਤਾਂ ਉਹ ਚੀਜ਼ ਮੈਨੂੰ ਕਾਫੀ, ਜਿੱਦਾਂ ਮੈਂ ਦੱਸ ਰਹੀ ਸੀ ਵੀ ਮੇਰੀ ਡੇਲੀ ਲਾਈਫ ਦੇ ਵਿੱਚ ਵੀ ਮੈਂ ਸਮਟਾਈਮਸ ਉਸ ਚੀਜ਼ ਬਾਰੇ ਸੋਚਦੀ ਹਾਂ ਕਿ ਕਿੱਦਾਂ ਉਹਨਾਂ ਨੇ ਫੇਥ 'ਤੇ ਸਬਰ ਰੱਖ ਕੇ ਅਤੇ ਬਿਨਾਂ ਨਿਰਾਸ਼ ਹੋਏ, ਅਤੇ ਉਹ ਮੈਨੂੰ ਡੇਲੀ ਚੀਜ਼ਾਂ ਦੇ ਵਿੱਚ ਵੀ ਹੁਣ ਮੈਨੂੰ ਮਤਲਬ ਮੈਂ ਆਪਣੇ ਆਪ 'ਤੇ ਕੋਸ਼ਿਸ਼ ਕਰਦੀ ਹਾਂ ਕਿ ਮੈਂ ਮਤਲਬ ਉਹ ਚੀਜ਼, ਚਲੋ ਆਪਾਂ ਕਰਤਾ, ਮੈਨੂੰ ਲੱਗਦਾ ਮੈਂ ਕਦੇ ਵੀ ਉਹਨਾਂ ਮਤਲਬ ਕੋਸ਼ਿਸ਼ ਕਰ ਸਕਦੇ ਆਪਾਂ। ਮਤਲਬ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਵੀ ਇਤਿਹਾਸ ਹੈ ਜਿਹੜਾ ਰਾਹ ਦਸੇਰਾ ਬਣਦਾ, ਇਤਿਹਾਸ ਨੂੰ ਦੇਖ ਕੇ ਸਾਨੂੰ ਗਲਤੀਆਂ ਦਾ ਪਤਾ ਲੱਗਦਾ ਸਾਡੀਆਂ, ਜਾਂ ਸਾਨੂੰ એનર્ਜੀ ਮਿਲਦੀ ਹੈ। ਹਾਂਜੀ ਹਾਂਜੀ ਜੀ। ਤਾਂ ਇਸ ਦੇ ਨਾਲ ਜੇ ਮੈਂ ਹੋਰ ਪੁੱਛਾਂ ਰੂਪੀ ਗੱਲ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਅਸਰ ਹੈ, ਤਾਂ ਮਤਲਬ ਇੱਕ ਚੀਜ਼ ਜਿਹੜੀ ਤੁਸੀਂ ਇਹ ਤੋਂ ਹੀ ਲਈ ਹੋਵੇ ਫਿਲਮ ਤੋਂ ਜਾਂ ਬੀਬੀ ਰਾਜਨੀ ਦੇ ਕੈਰੈਕਟਰ ਤੋਂ, ਸਬਰ 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 ਲਿਆ, ਸਬਰ ਕਰਨਾ। ਪਹਿਲਾਂ ਘੱਟ ਸੀ, ਮੈਨੂੰ ਲੱਗਦਾ ਕਿ ਕਦੇ ਕਦੇ ਮੇਰੇ ਨਾਲ ਹੋ ਜਾਂਦਾ ਹੁੰਦਾ ਸੀਗਾ ਕਿ ਚਲੋ ਨਾਲੇ ਮੈਂ ਕਹਿ ਨਹੀਂ ਸਕਦੀ ਵੀ ਮੈਂ ਹੁਣ ਸਾਰੀ ਲਾਈਫ ਹੀ ਮੈਂ ਚੇਂਜ ਹੋ ਚੁੱਕੀ ਹਾਂ, ਕਿਉਂਕਿ ਗਲਤੀਆਂ ਜਾਂ ਆਪਣਾ ਮਾਇੰਡ ਕੋਂਸਟੈਂਟਲੀ ਕੁਛ ਨਾ ਕੁਛ ਹੁੰਦਾ ਰਹਿੰਦਾ, ਡੇ ਟੂ ਡੇ ਸਿਚੁਏਸ਼ਨਸ ਇੱਦਾਂ ਹੁੰਦੀਆਂ, ਬਟ ਮੈਨੂੰ ਲੱਗਦਾ ਜੀ ਹਾਂਜੀ ਸਬਰ ਰੱਖਣਾ ਕਿ ਇੱਕ ਵਿਸ਼ਵਾਸ ਤੇ ਸਬਰ ਜੀ। ਤਾਂ ਇਸ਼ਨਾਨ ਕਰਦੇ ਰਹੇ ਹਾਂ ਦੁੱਖ ਪੰਜਨੀ ਬੇਰੀ ਥੱਲੇ ਜਾ ਕੇ, ਮਤਲਬ ਉਸੇ ਸੰਦਰਭ ਦੇ ਵਿੱਚ ਹੀ ਮੈਂ ਗੱਲਾਂ ਕਰਨੀਆਂ ਨੇ ਸਾਰੀਆਂ, ਜਿਵੇਂ ਕਹਾਣੀ ਦੇ ਸੰਦਰਭ ਦੇ ਵਿੱਚ ਹੀ, ਮਤਲਬ ਉਹ ਕਹਾਣੀ ਹੈ ਉਹ ਆਪਣੇ ਅੱਗੇ ਆਉਣੀ ਹੈ। ਮਤਲਬ ਇਸ਼ਨਾਨ ਕਰਦੇ ਸੀ ਦੁੱਖ ਪੰਜਨੀ ਬੇਰੀ ਥੱਲੇ, ਆਪਾਂ ਨੂੰ ਦੱਸਿਆ ਜਾਂਦਾ ਸੀ ਵੀ ਇੱਥੇ ਬੀਬੀ ਰਜਨੀ ਦਾ ਜਿਹੜਾ ਪਤੀ ਸੀਗਾ, ਮਤਲਬ ਕਾਂ ਵੜਦੇ ਸੀ ਸਰੋਵਰ ਦੇ ਵਿੱਚ ਤਾਂ ਹੰਸ ਬਣ ਕੇ ਨਿਕਲਦੇ ਸੀ, ਜਿਵੇਂ ਆਪਣੇ ਪੁਰਾਣੇ ਸੁਣਾਉਂਦੇ ਰਹੇ। ਮਤਲਬ ਉਹ ਠੀਕ ਹੈ, ਦਿੱਖ ਬਦਲ ਗਈ ਉਹਦੀ ਪੁਰਾਣੀ, ਪੁਰਾਣੀ ਦਿੱਖ ਹੋਰ ਹੋਣੀ ਹੈ, ਜਾਂ ਵਿਸ਼ਵਾਸ ਦੀ ਜਿਵੇਂ ਤੁਸੀਂ ਗੱਲ ਕੀਤੀ, ਵਿਸ਼ਵਾਸ ਤਾਂ ਉੱਥੇ ਹੀ ਖੜਾ, ਅੱਜ ਵੀ ਉੱਥੇ ਜਾਂਦੇ ਨੇ ਸਾਰੇ, ਅੱਜ ਵੀ ਉਸ ਤਰੀਕੇ ਨਾਲ ਕਰਦੇ ਨੇ, ਪਰ ਮੈਨੂੰ ਲੱਗਦਾ ਫਿਲਮ ਦੇਖਣ ਤੋਂ ਬਾਅਦ ਜਿਹੜਾ ਹੈ, ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰਨ ਦਾ ਹੈ ਜਾਂ ਜੋ ਵਿਜ਼ੂਅਲ ਦਾ ਆਪਣੀ ਤਾਕਤ ਹੁੰਦੀ ਹੈ, ਉਹਦੇ ਵਿੱਚ ਅਸਰ ਪਊਗਾ ਕਿਤੇ ਨਾ ਕਿਤੇ ਲੋਕਾਂ 'ਚ ਬਹੁਤ। ਇਹ ਤਾਂ ਜੀ ਜਦੋਂ ਫਿਲਮ ਆਊਗੀ ਉਹ ਤੋਂ ਬਾਅਦ, ਕਿਉਂਕਿ ਵਿਜ਼ੂਅਲ ਦੀ ਤਾਂ ਆਪਣੀ ਤਾਕਤ ਹੈ, ਕਿਉਂਕਿ ਫਿਲਮ ਜਿਹੜੀ ਹੈ ਇੱਕ ਮਤਲਬ ਸੁਣਨਾ, ਸੁਣਨ ਦੀ ਆਪਣੀ ਠੀਕ ਹੈ, ਸੁਣਨ ਦੀ ਆਪਣੀ ਤਾਕਤ ਹੈ, ਮਤਲਬ ਪੜ੍ਹਨ ਦੀ ਆਪਣੀ ਤਾਕਤ ਹੈ, ਇੱਕ ਮਤਲਬ ਵਿਜ਼ੂਅਲ ਦੇਖ ਕੇ ਤੁਸੀਂ ਜਿਹੜਾ ਉਹ ਕਰਨਾ ਉਹ ਮਹਿਸੂਸ ਕਿਤੇ ਨਾ ਕਿਤੇ ਵੱਧ ਕਰਾ ਦਿੰਦਾ। 100% ਇਹ ਗੱਲ ਸਹੀ ਹੈ ਜੀ, ਹਾਂਜੀ ਟੋਟਲੀ ਮੈਂ ਤੁਹਾਡੀ ਗੱਲ ਸਮਝੀ ਕਿ ਜਦੋਂ ਇੱਕ ਐਂਟਰਟੇਨਮੈਂਟ ਦੇ ਰਾਹੀਂ ਜਦੋਂ ਆਪਾਂ ਦੇਖਦੇ ਹਾਂ ਤੇ ਆਪਾਂ ਨੂੰ ਆਲਰੇਡੀ ਕਿਸੇ ਨੇ ਇੱਕ ਇਮੇਜ ਪੋਰਟ੍ਰੇ ਕੀਤੀ ਹੁੰਦੀ ਹੈ ਤੇ ਆਪਾਂ ਉਹਨਾਂ ਨੂੰ ਉਸ ਵਿੱਚ ਦੇਖਦੇ ਹਾਂ। ਹਾਂਜੀ ਇਹ ਉਮੀਦ ਤਾਂ ਇਹੀ ਹੈ ਜੀ ਕਿ ਯੂਨੋ ਜਿਹੜੇ ਜਵਾਕ ਹੈਗੇ ਆ ਜਿਹਨਾਂ ਨੂੰ ਹਜੇ ਤੱਕ ਇਹ ਕਹਾਣੀ ਬਾਰੇ ਨਹੀਂ ਪਤਾ, ਆਪਾਂ ਤਾਂ ਚਲੋ ਸੁਣੀ ਹੋਈ ਹੈ, ਜਿਹੜੀ ਅੱਜ ਕੱਲ੍ਹ ਦੀ ਇਦੂ ਵੀ ਛੋਟੀ ਜਨਰੇਸ਼ਨ ਆਪਾਂ ਤੋਂ, ਜੇ ਉਹ ਵਿਜੂਅਲੀ ਜਦੋਂ ਦੇਖੂਗੀ ਤੇ ਉਹਨਾਂ ਦੇ ਮਤਲਬ ਉਹਨਾਂ ਦੇ ਵਿੱਚ ਇੱਕ ਫੇਥ ਹੋਰ ਵੀ ਸਟਰੋਂਗ ਹੋਵੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੀਆਂ ਮਾਵਾਂ ਤਾਂ ਸੁਣਾ ਵੀ ਗਈਆਂ, ਹਾਂਜੀ ਹੁਣ ਤਾਂ ਮੈਨੂੰ ਲੱਗਦਾ ਮਾਵਾਂ ਨੂੰ ਨਹੀਂ ਪਤਾ ਇਹ ਕਹਾਣੀਆਂ, ਬਹੁਤ ਘੱਟ ਪਤਾ ਆਪਣੇ ਤਾਂ ਪਿੰਡਾਂ ਦੇ ਵਿੱਚ ਤਾਂ ਮਤਲਬ ਆਪਣੇ ਘਰਾਂ ਦੇ ਵਿੱਚ ਤਾਂ ਹਰ ਨੂੰ ਪਤਾ ਹੁੰਦਾ ਸੀ, ਹਾਂਜੀ ਕਈਆਂ ਨੂੰ ਨਹੀਂ ਪਤਾ ਹੈਗਾ। ਹਾਂਜੀ ਤੇ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਤਾਂ ਮਤਲਬ ਇਤਿਹਾਸ ਤੋਂ ਟੁੱਟ ਹੀ ਇੰਨਾ ਗਏ ਅਸੀਂ, ਹੋ ਸਕਦਾ ਹੈ ਕਿਉਂਕਿ ਮੈਂ ਪਰ ਮੈਂ ਜਿਨ੍ਹਾਂ ਨਾਲ ਗੱਲ ਕੀਤੀ ਆ ਕਾਫੀ ਲੋਕਾਂ ਨੂੰ ਪਤਾ, ਪਰ ਤੁਹਾਡੀ ਗੱਲ ਸਹੀ ਹੈ ਕਿ ਕਈ ਨੇ ਨਹੀਂ ਮੇ ਬੀ ਸੁਣਾਈ ਹੋਊਗੀ ਜਵਾਕਾਂ, ਤਾਂ ਹੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਉਹ ਜ਼ਰੂਰ ਦੇਖਣ ਜਾਣ, ਜਿਹੜੀ ਫੈਮਿਲੀਜ਼ ਨੇ ਉਹ ਜ਼ਰੂਰ ਜਵਾਕਾਂ ਨੂੰ ਲੈ ਕੇ ਜਾਣ ਜੀ ਫਿਲਮ ਦੇਖਣ। ਤਾਂ ਪੰਜਾਬ ਤੇ ਗੱਲ ਕਰ ਲਈਏ, ਮਤਲਬ ਪੰਜਾਬ ਨਾਲ ਰਿਲੇਟਡ ਆ ਸਾਰੀ, ਪੰਜਾਬ ਕੀ ਆ ਤੁਹਾਡੇ ਲਈ? ਪੰਜਾਬ ਮੇਰਾ ਬਚਪਨ ਜੀ, ਪੰਜਾਬ ਪਿਆਰ ਆ, ਪੰਜਾਬ ਨੇ ਮੈਨੂੰ ਇੰਨਾ ਪਿਆਰ ਦਿੱਤਾ, ਸੋ ਪੰਜਾਬ ਮੇਰੇ ਲਈ ਸਭ ਕੁਛ ਆ ਜੀ। ਪੰਜਾਬ ਮਤਲਬ ਜਦੋਂ ਮੈਂ ਪੰਜਾਬ ਦੀ ਗੱਲ ਵੀ ਕਰਦੀ ਹਾਂ ਤਾਂ ਮੈਨੂੰ ਲੱਗਦਾ ਇੱਕ ਇਮੋਸ਼ਨਲ ਫੀਲਿੰਗ ਆਉਂਦੀ ਆ, ਕਿਉਂਕਿ ਇੱਥੇ ਮੇਰੀ ਜੋ ਸੁਰਤ ਆ ਮੇਰੀ ਪੰਜਾਬ 'ਚ ਖੁੱਲ੍ਹੀ ਆ ਮੇਰੇ ਦਾਦਾ ਦਾਦੀ ਜੀ ਕੋਲ, ਅਤੇ ਪੰਜਾਬ ਨੇ ਮੈਨੂੰ ਬਹੁਤ ਕੁਛ ਦਿੱਤਾ, ਅਤੇ ਪੰਜਾਬ ਮੈਨੂੰ ਕੰਟੀਨਿਊਸਲੀ, ਮੈਨੂੰ ਪਤਾ ਨਹੀਂ ਸੀ ਕਿ ਮੇਰੀ
ਸਾਰੀ ਉਮਰ ਹੀ ਮੈਨੂੰ ਦਿੰਦਾ ਜਾਊਗਾ ਕੁਛ ਨਾ ਕੁਛ। ਕਿੰਨਾ ਸਮਾਂ ਇੱਥੇ ਰਹੇ ਹੋ ਪੰਜਾਬ? ਜੋ ਮੇਰਾ ਬਰਥ ਹੈ ਜੀ ਉਹ ਕੈਨੇਡਾ ਦਾ। ਅੱਛਾ ਕੈਨੇਡਾ ਦਾ। ਹਾਂਜੀ। ਤੇ ਜਦੋਂ ਮੈਂ ਛੋਟੀ ਸੀਗੀ ਮੇਰੇ ਪਾਪਾ ਮੈਨੂੰ ਇੱਥੇ ਲਿਆਏ ਸੀਗੇ ਤੇ ਉਹ ਤੋਂ ਬਾਅਦ ਫਿਰ ਮੈਂ ਆਪਦੇ ਦਾਦਾ ਦਾਦੀ ਜੀ ਕੋਲ 5 ਸਾਲ ਰਹੀ ਹਾਂ। ਸੋ 5 ਸਾਲਾਂ ਦੀ ਉਮਰ 'ਚ ਮੈਂ ਵਾਪਸ ਚਲੀ ਗਈ ਸੀ। ਫਿਰ ਮੈਂ ਫਿਰ 1 ਸਾਲ ਇਹ ਤੋਂ ਬਾਅਦ ਵੀ ਇੱਥੇ ਲਾਇਆ। ਉਹ ਤੋਂ ਬਾਅਦ ਜਦੋਂ ਮੈਂ 8 ਸਾਲਾਂ ਦੀ ਸੀ ਫਿਰ ਵਾਪਸ ਆਈ ਸੀ 1 ਸਾਲ ਪੜ੍ਹਨ। ਉੱਥੇ ਰਹਿ ਕੇ ਜਾਣੀ ਕਿ ਇੰਨੀ ਵਧੀਆ ਪੰਜਾਬੀ ਬੋਲ ਲੈਂਦੇ ਹੋ? ਨਹੀਂ ਜੀ, ਮੈਨੂੰ ਲੱਗਦਾ ਜਿਹੜੇ 5 ਸਾਲ ਰਹੀ ਆ ਉਹਦਾ ਹੀ ਅਸਰ ਆ, ਉਹਦਾ ਹੀ ਅਸਰ ਆ ਮੈਨੂੰ ਲੱਗ ਰਿਹਾ ਜੀ। ਮਤਲਬ ਇੱਥੇ ਪਲੱਸ 2 ਤੋਂ ਬਾਅਦ ਜਾਂਦੇ ਨੇ, ਉੱਥੋਂ ਜਾਂ ਮੁੜ ਕੇ ਆਉਂਦੇ ਨੇ, ਫਿਰ ਅਸਰ ਹੋਰ ਹੋ ਜਾਂਦਾ ਉਹਨਾਂ ਦਾ। ਮੈਨੂੰ ਲੱਗਦਾ ਜੋ ਆਪਣਾ এনवायरमेंट ਹੁੰਦਾ, ਕਿਉਂਕਿ ਸਾਡੇ ਘਰੇ ਵੀ ਪੰਜਾਬੀ ਬੋਲਦੇ ਨੇ ਆ ਮੇਰੇ ਮੰਮੀ ਡੈਡੀ, ਤੇ ਜਿਹੜੀ ਆਈ ਥਿੰਕ ਉਹ ਗੂੜੀ ਪੰਜਾਬੀ ਹੁੰਦੀ ਆ ਕਿਉਂਕਿ ਉਹ 93 ਦੇ ਗਏ ਹੋਏ ਆ ਤੇ ਉਹਨਾਂ ਦੇ ਵਿੱਚ ਜੋ ਪੰਜਾਬੀ ਆ ਉਹਨਾਂ ਨੂੰ ਲੱਗਦਾ ਪੰਜਾਬ ਉਦਾਂ ਦਾ ਹੀ ਆ। ਉਹਨਾਂ ਨੂੰ ਸੱਚੀ ਉਹਨਾਂ ਨੇ ਇਮੇਜਿਨ ਜਦੋਂ ਇੱਥੇ ਆਉਂਦੇ ਵੀ ਆ ਉਹ ਮਤਲਬ ਉਹ ਪ੍ਰੋਸੈਸ ਨਹੀਂ ਕਰ ਪਾਉਂਦੇ ਕਿ ਪੰਜਾਬ ਆਫਕੋਰਸ ਟਾਈਮ ਵਿਦ ਟਾਈਮ ਹਰ ਇੱਕ ਜਗ੍ਹਾ ਚੇਂਜ ਹੁੰਦੀ ਆ ਤੇ ਉਹਨਾਂ ਲਈ ਪੰਜਾਬ ਉਹੀ ਆ। ਸੋ ਸਾਡੇ ਘਰੇ ਵੀ ਉਹੀ ਬੋਲੀ ਉਹਨਾਂ ਨੇ ਬੋਲੀ ਆ ਸ਼ੁਰੂ ਤੋਂ, ਜੋ ਕਿ ਜਿਹੜੀ ਗੂੜੀ ਪੁਰਾਣੀ ਪੰਜਾਬੀ ਆ ਤੇ ਹੁਣ ਥੋੜ੍ਹੀ ਜਿਹੀ ਚੇਂਜ ਹੋ ਚੁੱਕੀ ਆ ਕਈ ਵਰਡਸ ਵਗੈਰਾ। ਸੋ ਉਹਦੇ ਕਰਕੇ ਮੇਰੀ ਤੇ ਮੇਰੇ ਬ੍ਰਦਰ ਦੀ ਪੰਜਾਬੀ ਕਾਫੀ ਵਧੀਆ ਜੀ। ਅੱਛਾ, ਠੇਠ ਪੰਜਾਬੀ ਬੋਲ ਲੈਂਦੇ ਹੋ? ਇੰਨੀ ਵੀ ਨਹੀਂ ਵਧੀਆ, ਵੈਸੇ ਕਦੇ ਕਦੇ ਗਲਤੀ ਹੋ ਜਾਂਦੀ ਮੇਰੇ ਤੋਂ, ਮੈਂ ਕਿਹਾ ਮੈਂ ਜਿਹੜੇ ਇੰਨੇ ਕੰਫੀਡੈਂਸ ਨਾਲ ਕਹਿ ਰਹੀ ਹਾਂ। ਨਹੀਂ, ਵਧੀਆ ਬਹੁਤ ਬੋਲਦੇ ਹੋ। ਥੈਂਕ ਯੂ ਜੀ। ਤਾਂ ਮਤਲਬ ਇਸ ਦੇ ਨਾਲ ਜਿਵੇਂ ਕੈਨੇਡਾ 'ਚ ਰਹਿੰਦੇ ਸੀ ਤੁਸੀਂ, ਹਾਂਜੀ, ਮਤਲਬ ਕੀ ਮਹਿਸੂਸ ਕਰਦੇ ਹੁੰਦੇ ਸੀ ਪੰਜਾਬ ਨੂੰ ਲੈ ਕੇ, ਜਾਂ ਮਿਸ ਤਾਂ ਕਰਦੇ ਹੋਵੋਗੇ ਕਿਉਂਕਿ ਉੱਥੇ ਬੰਦਾ ਰਹਿੰਦਾ? ਹਾਂਜੀ, ਮਤਲਬ 5 ਸਾਲ ਇੱਥੇ ਤੁਸੀਂ ਕੱਟੇ, ਹਾਂਜੀ, ਕੀ ਮਹਿਸੂਸ ਕੀਤਾ ਉੱਥੇ? ਮੈਂ ਦੱਸ ਨਹੀਂ ਸਕਦੀ ਮੈਂ ਕਿੰਨਾ ਮਿਸ ਕੀਤਾ। ਸੌਰੀ ਮੈਂ ਤੁਹਾਡਾ ਕੁਐਸਚਨ ਕੱਟ ਆਫ ਕੀਤਾ। ਮੈਂ ਬਹੁਤ ਮਿਸ ਕੀਤਾ ਛੋਟੇ ਹੁੰਦੇ, ਮੈਨੂੰ ਨਾ ਦੱਸਣਾ ਨਹੀਂ ਆ ਰਿਹਾ ਹੁੰਦਾ ਸੀ ਆਪਦੇ ਮੰਮੀ ਡੈਡੀ ਨੂੰ ਕਿ ਮੈਨੂੰ ਯਾਦ ਆਉਂਦੀ ਹੈ, ਕਿਉਂਕਿ ਇੱਕ ਓਪਰਾਪਨ ਫੀਲ ਹੁੰਦਾ ਤੁਹਾਨੂੰ, ਕਿਉਂਕਿ ਉਹ ਮੰਮੀ ਡੈਡੀ ਨਾਲ ਕਨੈਕਸ਼ਨ ਇੰਨੀ ਜਲਦੀ ਨਹੀਂ ਬਣਦਾ ਹੈਗਾ ਤੁਹਾਡਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਮੇਰੇ ਦਾਦਾ ਦਾਦੀ ਹੋਈ ਮੇਰੇ ਮੰਮੀ ਡੈਡੀ ਆ। ਤੇ ਫਿਰ ਜਦੋਂ ਮੇਰੀ ਮੰਮਾ ਲੈਣ ਆਏ ਕਿਉਂਕਿ ਸਕੂਲ ਉੱਥੇ ਸਟਾਰਟ ਹੋਣਾ ਸੀਗਾ ਤੇ ਉਹ ਤੋਂ ਬਾਅਦ ਮੈਨੂੰ ਨਾ ਦੱਸਣਾ ਨਹੀਂ ਆਉਂਦਾ ਹੁੰਦਾ ਸੀ ਕਿ ਮੈਨੂੰ ਯਾਦ ਆਉਂਦੀ ਆ ਉਹਦੀ, ਮੈਨੂੰ ਸਾਡੇ ਵਿਹੜੇ ਦੀ ਯਾਦ ਆਉਂਦੀ ਆ, ਮੈਨੂੰ ਘਰ ਦੀ ਆਉਂਦੀ, ਗਵਾਂਢੀਆਂ ਦੀ ਯਾਦ ਆਉਂਦੀ ਆ, ਇੱਥੇ ਤੁਹਾਡੇ ਘਰ ਛੋਟੇ ਆ, ਮਤਲਬ ਕਾਫੀ ਮੇਰੇ ਲਈ ਔਖਾ ਰਿਹਾ। ਬਟ ਆਈ ਥਿੰਕ ਆਫਕੋਰਸ ਮਤਲਬ ਹੁਣ ਇੱਥੇ ਆ, ਮਤਲਬ ਸਾਲ 'ਚ 5 ਵਾਰੀ ਇੱਥੇ ਆਈਦਾ ਤੇ ਮੈਨੂੰ ਤਾਂ ਲੱਗਦਾ ਮੇਰੇ ਵਰਗੀ ਕਿਸਮਤ, ਮਤਲਬ ਇੰਨੀ ਮੈਂ ਲੱਕੀ ਆ ਮੈਂ ਦੱਸ ਨਹੀਂ ਸਕਦੀ। ਕੈਨੇਡਾ ਤੋਂ ਤੁਸੀਂ 5 ਵਾਰ ਇੱਥੇ ਆ ਜਾਂਦੇ ਹੋ, ਹਾਂਜੀ, ਲੈ ਕੇ ਕੀ ਜਾਂਦੇ ਹੋ ਫਿਰ ਪੰਜਾਬ ਤੋਂ ਜਦੋਂ ਆਉਂਦੇ ਹੋ ਉਧਰੋਂ? ਹਾਂਜੀ, ਕੀ ਮਹਿਸੂਸ ਹੁੰਦਾ ਹਾਂਜੀ ਜਦੋਂ ਇੱਥੋਂ ਫਿਰ ਜਾਂਦੇ ਹੋ ਪੰਜਾਬ ਤੋਂ? ਇੱਥੋਂ ਹੁਣ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਦੁਬਾਰਾ ਆਉਂਦੇ ਹੁੰਦੇ ਸੀ, ਮਤਲਬ ਜੇ ਹੁਣ ਮੈਂ ਉੱਥੇ ਵਾਪਸ ਚਲ ਗਈ ਜੇ ਕੋਈ ਵਿਆਹ ਹੋਣਾ ਸੀ 2 ਹਫ਼ਤੇ ਲਈ ਆਉਣਾ, ਉਦੋਂ ਤਾਂ ਮੈਂ ਹਰ ਵਾਰੀ ਰੋਂਦੀ ਹੁੰਦੀ ਸੀ ਕਿ ਮੈਨੂੰ ਇੱਥੇ ਵਾਪਸ ਛੱਡ ਦਿਓ ਕਿ ਮੈਂ ਇੱਥੇ ਰਹਿਣਾ, ਮਤਲਬ ਉਦੋਂ ਤਾਂ ਜਿੱਦਾਂ ਰੋ ਪਿੱਟ ਕੇ ਜਾਂਦੀ ਹੁੰਦੀ ਸੀ ਹਰ ਵਾਰੀ। ਪਰ ਹੁਣ ਮੈਨੂੰ ਪਤਾ ਕਿ ਵਾਪਸ ਆ ਜਾਣਾ ਤੇ ਪੰਜਾਬ ਖਿੱਚ ਲਿਆ ਆਉਂਦਾ ਵਾਪਸ, ਤੇ ਇੱਥੇ ਹੀ ਮਤਲਬ ਜੇ ਸ਼ੁਰੂਆਤ ਇੱਥੋਂ ਕੀਤੀ ਆ ਤੇ ਉਮੀਦ ਹੈ ਇੱਥੇ ਹੀ ਰਹੀ ਹੈ ਸਾਰੀ ਉਮਰ। ਸੋ ਉਹ ਮਤਲਬ ਮੈਨੂੰ ਪਤਾ ਹੈ ਕਿ ਪੰਜਾਬ ਮੈਨੂੰ ਕਿਤੇ ਨਹੀਂ ਛੱਡ ਕੇ ਜਾਓ ਤੇ ਨਾ ਮੈਂ ਪੰਜਾਬ ਨੂੰ ਛੱਡ ਕੇ ਜਾਣਾ। ਤੇ ਪਰ ਜਦੋਂ ਉੱਥੋਂ ਇੱਥੇ ਆਉਂਦੀ ਹੁੰਦੀ ਆ ਉਦੋਂ ਤਾਂ ਕੁਛ ਨਹੀਂ, ਉਦੋਂ ਇਹ ਹੁੰਦਾ ਕਿ ਮਾੜੀ ਮੋਟੀ ਹੁਣ ਮਤਲਬ ਹੁੰਦਾ ਹੀ ਆ ਕਿ ਤੁਸੀਂ ਫੈਮਿਲੀ ਤੋਂ ਸਮਟਾਈਮਸ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਕਿੰਨੇ ਟਾਈਮ ਲਈ ਜਾ ਰਹੇ ਹੋ, ਤੇ ਥੋੜ੍ਹੀ ਜਿਹੀ ਉਹ ਹੁੰਦਾ ਮਤਲਬ ਮਿਸ ਕਰਦੇ ਹੋ ਫੈਮਿਲੀ ਨੂੰ। ਬਟ ਇੱਥੇ ਆ ਕੇ ਮੇਰਾ ਮਤਲਬ ਆਈ ਥਿੰਕ ਇੱਕ ਦਿਨ ਦੇ ਵਿੱਚ ਹੀ ਮਤਲਬ ਮੇਰਾ ਦਿਲ ਲੱਗ ਜਾਂਦਾ, ਮੈਂ ਤਾਂ ਜੀ ਨਹੀਂ ਕਰਦਾ ਹੁੰਦਾ ਜਾਣ ਨੂੰ। ਪੰਜਾਬ ਦੀ ਕਿਹੜੀ ਕਿਹੜੀ ਯਾਦ ਤੁਹਾਡੇ ਬਚਪਨ ਦੇ ਨਾਲ, ਕਿਹੜੀ ਕਿਹੜੀ ਮਤਲਬ 5 ਸਾਲ ਇੱਥੇ ਗੁਜ਼ਾਰੇ ਤੁਸੀਂ? ਹਾਂਜੀ, 5 ਸਾਲ ਦੀ ਕਿਹੜੀ ਕਿਹੜੀ ਯਾਦ ਆ ਉਹ ਜਿਹੜੀ ਮਤਲਬ ਸਭ ਤੋਂ ਜ਼ਿਆਦਾ ਮਿਸ ਕਰਦੇ ਹੋ? ਮੇਰੇ ਦਾਦਾ ਦਾਦੀ ਨੂੰ, ਕਿਉਂਕਿ ਹੁਣ ਉਹ ਨਹੀਂ ਰਹੇ ਹੈਗੇ ਜੀ, ਤੇ ਉਹਨਾਂ ਨੂੰ ਉਹਨਾਂ ਦੋਨਾਂ ਨੂੰ ਬਹੁਤ ਯਾਦ ਕਰਦੀ ਹਾਂ ਮੈਂ, ਉਹ ਜੋ ਪਿਆਰ ਸੀਗਾ। ਪਰ ਮੈਂ ਹੁਣ ਆਪਣੇ ਆਪ ਨੂੰ ਹੁਣ ਵੀ ਮੈਂ ਇਹੀ ਕਹਿੰਦੀ ਹਾਂ ਕਿ ਜੋ ਮੈਨੂੰ ਪੰਜਾਬ ਤੋਂ ਹੁਣ ਇੰਨਾ ਪਿਆਰ ਮਿਲਦਾ ਹੈ ਕਿ ਕਿਤੇ ਨਾ ਕਿਤੇ ਮੇਰੇ ਦਾਦਾ ਦਾਦੀ ਜੀ ਵੀ ਉਸ ਪਿਆਰ ਦਾ ਮਤਲਬ ਉਹਦੇ ਉਹਨਾਂ ਦੇ ਵਿੱਚ ਹੀ ਨੇ, ਤੇ
ਪੰਜਾਬ ਦੀ ਧਰਤੀ ਦੇ ਵਿੱਚ ਹੀ ਨੇ, ਤਾਂ ਉਹਨਾਂ ਨੂੰ ਬੜਾ ਯਾਦ ਕਰਦੀ ਹਾਂ ਮੈਂ ਜੀ। ਦਾਦਾ ਦਾਦੀ ਦੀ ਕੋਈ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਛੋਟੇ ਹੁੰਦੇ, ਹਾਂਜੀ ਕੋਈ ਐਸੀ ਗੱਲ ਯਾਦ ਹੋਵੇ? ਮੈਨੂੰ ਯਾਦ ਹੈ ਜੀ, ਮੇਰੇ ਦਾਦਾ ਜੀ, ਮੈਂ ਸਭ ਤੋਂ ਪਹਿਲਾਂ ਜਦੋਂ ਉੱਠਦੀ ਹੁੰਦੀ ਸੀ ਸਵੇਰੇ, ਮੇਰੇ ਦਾਦਾ ਜੀ ਨੇ ਮੈਨੂੰ ਮਤਲਬ ਨਾਲੇ ਉਸ ਮੈਨੂੰ ਹੁਣ ਮੈਂ ਜੋ ਕਿਸੇ ਨੂੰ ਕਹਾਣੀ ਦੱਸਦੀ ਹਾਂ ਨਾ, ਸਾਰੇ ਕਹਿੰਦੇ ਕਿ ਦੇਖ ਲਓ ਵੀ ਕੁੜੀਆਂ ਨੂੰ ਉਸ ਟਾਈਮ ਇੱਦਾਂ ਟ੍ਰੀਟ ਕੀਤਾ ਜਾਂਦਾ ਸੀ, ਪਰ ਮੈਨੂੰ ਤਾਂ ਕਦੇ ਲੱਗਿਆ ਹੀ ਨਹੀਂ ਵੀ ਕੁੜੀ ਮੁੰਡੇ 'ਚ ਉਹਨਾਂ ਨੂੰ ਇੱਦਾਂ ਫਰਕ ਸੀ। ਮੈਨੂੰ ਤਾਂ ਲੱਗਿਆ ਸੀ ਮਤਲਬ ਜਦੋਂ ਉਹ ਟ੍ਰੀਟ ਕਰਦੇ ਸੀ, ਮਤਲਬ ਮੈਨੂੰ ਬੈੱਡ ਤੋਂ ਚੱਕਣਾ, ਅਤੇ ਉਹਨਾਂ ਨੇ ਮੈਨੂੰ ਯਾਦ ਆ ਦਾਦਾ ਜੀ ਨੇ ਕਹਿਣਾ ਕਿ ਨਹੀਂ ਵੀ ਜ਼ਮੀਨ 'ਤੇ ਵੀ ਨਹੀਂ ਪੈਰ ਲਾਉਣੇ, ਅਤੇ ਉਹਨਾਂ ਨੇ ਮੈਨੂੰ ਚੱਕ ਕੇ ਵਾਸ਼ਰੂਮ ਲੈ ਕੇ ਜਾਣਾ, ਉਹਨਾਂ ਨੇ ਫਿਰ ਵਾਸ਼ਰੂਮ ਤੋਂ ਸਿੱਧਾ ਬੈੱਡ 'ਤੇ ਮੇਰੀ ਦਾਦੀ ਜੀ ਨੇ ਮੇਰੇ ਦੋ ਗੁੱਤਾਂ ਕਰਕੇ, ਅਤੇ ਮੇਰੇ ਦਾਦਾ ਜੀ ਨੇ ਮੈਨੂੰ 1 ਰੁਪਈਆ ਦਿੰਦੇ ਹੁੰਦੇ ਸੀ ਡੇਲੀ, ਅਤੇ ਫਿਰ ਬੱਸ 'ਤੇ ਚੜ੍ਹਾ ਦੇਣਾ, ਫਿਰ ਮੈਂ ਰੋਂਦੀ ਪੱਟਦੀ ਨੇ ਸਕੂਲੇ ਜਾਇਆ ਕਰਨਾ ਕਿਉਂਕਿ ਮੇਰਾ ਬਿਲਕੁਲ ਜੀ ਨਹੀਂ ਕਰਦਾ ਸੀ। ਵਾਪਸ ਆ ਕੇ ਫਿਰ ਉਹਨਾਂ ਨੇ ਮੈਨੂੰ ਸਿੱਧਾ ਬੱਸ ਤੋਂ ਗੋਦੀ, ਅਤੇ ਫਿਰ ਮੇਰੀ ਦਾਦੀ ਜੀ ਦੀ ਨਾਲ ਬਹਿ ਜਾਣਾ ਮੈਂ ਮੰਜੇ 'ਤੇ ਜੀ। ਤਾਂ ਤੁਸੀਂ ਕੈਨੇਡਾ ਦੇ ਵਿੱਚ ਰਹੇ ਹੋ, ਹਾਂਜੀ, ਮਤਲਬ ਅੱਜ ਦੇ ਸਮੇਂ ਦੇ ਵਿੱਚ ਕੀ ਆ, ਮਤਲਬ ਹਰੇਕ ਨੂੰ ਲੱਗ ਰਿਹਾ, ਹਾਂਜੀ, ਮਤਲਬ ਕਿਤੇ ਨਾ ਕਿਤੇ ਸੱਚੀ ਵੀ ਆ ਗੱਲ, ਮਤਲਬ ਇੱਥੋਂ ਬੰਦਾ ਕੈਨੇਡਾ ਜਾਂਦਾ, ਜਿਹੜੇ ਵਿਸ਼ਵਾਸ ਹੁੰਦੇ ਨੇ ਸਾਡੇ ਮਤਲਬ ਪੰਜਾਬ ਦੇ ਵਿੱਚ, ਜਿਹੜੇ ਵਿਸ਼ਵਾਸ ਆਪਣੇ ਘਰਦਿਆਂ ਨੇ ਆਪਾਂ ਨੂੰ ਦਿੱਤੇ ਹੁੰਦੇ ਨੇ, ਹਾਂਜੀ, ਕਿਤੇ ਨਾ ਕਿਤੇ ਜਾ ਕੇ ਉੱਥੇ ਬੰਦੇ ਬਹੁਤ ਹੋਰ ਪਾਸੇ ਨੂੰ ਹੋ ਜਾਂਦੇ ਜੀ। ਜਾਂ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹੀ ਜ਼ਿਆਦਾ ਗੱਲ ਚੱਲਦੀ ਆ ਇਹ ਜੀ, ਵੀ ਕੁਛ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਹੋ, ਮਤਲਬ ਕੈਨੇਡਾ ਦੇ ਜਵਾਕਾਂ ਨੂੰ ਆਪਣੀ ਵੈਲਿਊਜ਼ ਨੂੰ ਭੁੱਲ ਜਾਂਦੇ ਨੇ, ਆਪਣੀ ਮਤਲਬ ਜਿਹੜੀ ਮੋਰੈਲਿਟੀ ਹੁੰਦੀ ਆ ਜਾਂ ਜਿਸ ਤਰੀਕੇ ਨਾਲ ਉਹਨੂੰ ਭੁੱਲ ਜਾਂਦੇ ਨੇ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਮੇਨਟੇਨ ਕੀਤਾ ਉੱਥੇ ਕੈਨੇਡਾ ਦੇ ਵਿੱਚ? ਕਿਉਂਕਿ ਅੱਜ ਦੇ ਸਮੇਂ 'ਚ ਜੇ ਗੱਲ ਕਰ ਲਈਏ, ਮੇਰੇ ਨਾਲ ਦੇ ਹੀ ਕਈ ਮੁੰਡੇ ਸੀਗੇ, ਮਤਲਬ ਉੱਥੇ ਗਏ, ਵਧੀਆ ਪੜ੍ਹੇ, ਕਈਆਂ ਦੀ ਡਰੱਗ ਦੇ ਨਾਲ ਡੈਥ ਹੋ ਗਈ, ਇੱਦਾਂ ਦੀਆਂ ਬਹੁਤ ਗੱਲਾਂ ਆਉਂਦੀਆਂ ਨੇ ਜੀ। ਆਈ ਥਿੰਕ ਸੱਚੀ ਦੱਸਾਂ ਸਰ, ਆਈ ਥਿੰਕ ਇਹ ਹਰ ਇੱਕ ਕਿਤੇ ਹੁੰਦਾ ਆ, ਮਤਲਬ ਨਾਲੇ ਮੈਂ ਕੈਨੇਡਾ ਰਹਿੰਦੀ ਹਾਂ, ਮੈਂ ਸਰੀ ਰਹਿੰਦੀ ਹਾਂ, ਐਂਡ ਉੱਥੇ ਬਹੁਤ ਪੰਜਾਬੀ ਨੇ, ਉੱਥੇ ਬਹੁਤ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ ਜਿਹੜੇ ਆਉਂਦੇ ਨੇ, ਅਤੇ ਜੋ ਮੈਂ ਅਬਜ਼ਰਵ ਕੀਤਾ ਆ, ਆਈ ਥਿੰਕ ਉੱਥੇ ਉਹਨਾਂ ਨੇ ਆਪਣਾ ਕਲਚਰ ਬਹੁਤ ਮੇਨਟੇਨ ਕੀਤਾ ਹੋਇਆ। ਆਈ ਥਿੰਕ ਆਪਾਂ ਨੂੰ ਦੂਰ ਬੈਠੇ ਨੂੰ ਸਮਟਾਈਮਸ ਬਿਕੋਜ਼ ਫਿਊ ਨੈਗੇਟਿਵ ਥਿੰਗਸ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ, ਸੋ ਆਪਾਂ ਨੂੰ ਲੱਗਦਾ ਕਿ ਓਵਰਆਲ ਇੱਦਾਂ ਸਿਚੁਏਸ਼ਨ ਹੋ ਗਈ, ਓਵਰਆਲ ਜਿੱਦਾਂ ਦਾ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਉਦਾਂ ਦਾ ਨਹੀਂ ਹੈ, ਨਹੀਂ ਹੈਗਾ, ਸੱਚੀ ਦੱਸਾਂ ਨਹੀਂ ਹੈਗਾ, ਜਿੱਦਾਂ ਪੰਜਾਬ ਨੂੰ ਵੀ ਦਿਖਾਇਆ ਜਾ ਰਿਹਾ, ਹਾਂਜੀ, ਇੰਨਾ ਨੈਗੇਟਿਵ ਨਹੀਂ ਹੈਗਾ ਮਾਹੌਲ, ਮਤਲਬ ਯੈਸ ਫਿਊ ਨੈਗੇਟਿਵ ਥਿੰਗਸ ਇੱਥੇ ਵੀ ਹੋਣਗੀਆਂ, ਕੈਨੇਡਾ 'ਚ ਹੋਣਗੀਆਂ, ਅਮੈਰੀਕਾ 'ਚ ਕਿਤੇ ਵੀ ਹੋਣਗੀਆਂ, ਬਟ ਆਪਾਂ ਜੇ ਉਹਨਾਂ ਨੂੰ ਮਤਲਬ ਜੇ ਉਹਨਾਂ 'ਤੇ ਫੋਕਸ ਕਰਨਾ ਤਾਂ ਆਪਾਂ ਨੂੰ ਨੈਗੇਟਿਵ ਹੀ ਦਿਖੂਗਾ। ਮੈਂ ਸਰੀ ਰਹਿੰਦੀ, ਅਸੀਂ ਸਾਰੀ ਲਾਈਫ ਉੱਥੇ ਰਹੇ ਹਾਂ, ਹੁਣ ਇੰਟਰਨੈਸ਼ਨਲ ਸਟੂਡੈਂਟਸ ਆ ਗਏ ਆ, ਬਹੁਤ ਮਤਲਬ ਉਹਨਾਂ ਨੇ ਬਹੁਤ ਵਧੀਆ ਮਾਹੌਲ ਬਣਾਇਆ ਹੋਇਆ ਆ, ਉਹਨਾਂ ਨੇ ਮਤਲਬ ਮਿਹਨਤ ਵੀ ਕਰਦੇ ਆ, ਆਪਣਾ ਇੰਜੋਏ ਵੀ ਕਰਦੇ ਆ, ਉੱਥੇ ਸਰਦਾਰ ਵੀ ਨੇ, ਆਪਣੀ ਸਰਦਾਰੀ ਵੀ ਮੇਨਟੇਨ ਕੀਤੀ ਹੋਈ ਆ, ਕਹਿੰਦੇ ਵੀ ਪੰਜਾਬੀ ਨੇ ਹੁਣ, ਸਹੀ ਗੱਲ ਹੈ ਜੀ, ਪਰ ਆਪਣੀ ਸਰਦਾਰੀ ਵੀ ਮੇਨਟੇਨ ਕੀਤੀ ਹੋਈ ਆ, ਕੁੜੀਆਂ ਨੇ ਵੀ ਮਤਲਬ ਕੁੜੀਆਂ ਵੀ ਸੂਟ ਪਾਉਂਦੀਆਂ ਨੇ, ਮਤਲਬ ਜੇ ਤੁਸੀਂ ਦੇਖੋ ਆਮ, ਨਾਲੇ ਅੱਗੇ ਪਹਿਲਾਂ ਕਦੇ ਨਹੀਂ ਇੱਦਾਂ ਹੁੰਦਾ ਸੀਗਾ, ਸੋ ਨੈਗੇਟਿਵ 'ਤੇ ਜੇ ਆਪਾਂ ਫੋਕਸ ਕਰ ਰਹੇ ਹੋਵੇ, ਹਾਂਜੀ ਨੈਗੇਟਿਵ ਹਰ ਇੱਕ ਜਗ੍ਹਾ ਹੁੰਦੇ ਆ, ਬਟ ਆਈ ਡੋਂਟ ਥਿੰਕ ਸਿਰਫ ਡਰੱਗ ਯੂਜ਼ ਜਾਂ ਜੋ ਵੀ ਨੈਗੇਟਿਵ ਖਬਰਾਂ ਆਉਂਦੀਆਂ ਉਹ ਹੋ ਰਿਹਾ ਆ, ਬਹੁਤ ਵਧੀਆ ਵੀ ਹੋ ਰਿਹਾ, ਓਵਰਆਲ ਨਹੀਂ ਹੈਗਾ ਉਦਾਂ ਜਿੱਦਾਂ ਦਿਖਾਇਆ ਜਾ ਰਿਹਾ, ਬਹੁਤ ਵਧੀਆ ਵੀ ਹੋ ਰਿਹਾ, ਰੀਅਲ ਦੇ ਵਿੱਚ ਫਰਕ ਆ, ਹਾਂਜੀ ਹੋਊਗਾ ਹੋਊਗਾ, ਮੈਂ ਯਾ ਮੈਂ ਤਾਂ ਨਾਲੇ ਇੰਨੀਆਂ ਨੈਗੇਟਿਵ ਰੀਲਾਂ ਦੇਖੀਆਂ ਵੀ ਨਹੀਂ, ਬਟ ਨਹੀਂ ਜੀ, ਉੱਥੇ ਬਹੁਤ ਵਧੀਆ ਮਾਹੌਲ ਆ ਜੀ। ਸਹੀ, ਤਾਂ ਕੀ ਕਹਿਣਾ ਚਾਹੋਗੇ ਵਿਊਅਰਸ ਨੂੰ? ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਜੀ ਕਿ ਅਗਸਤ 30 ਨੂੰ ਸਾਡੀ ਫਿਲਮ ਆ ਰਹੀ ਹੈ ਬੀਬੀ ਰਜਨੀ, ਅਤੇ ਅਸੀਂ ਬਹੁਤ ਰੀਝ ਨਾਲ ਇਹ ਫਿਲਮ ਬਣਾਈ ਆ, ਅਤੇ ਜੇ ਤੁਸੀਂ ਹਜੇ ਤੱਕ ਕਹਾਣੀ ਨਹੀਂ ਸੁਣੀ ਤਾਂ ਤੁਸੀਂ ਪਲੀਜ਼ ਸਾਡੀ ਫਿਲਮ ਜ਼ਰੂਰ ਦੇਖਣ ਜਾਇਓ, ਵੈਸੇ ਵੀ ਦੇਖਣ ਜਾਇਓ, ਆਪਣੇ ਬੱਚਿਆਂ ਨੂੰ ਲੈ ਕੇ ਜਾਇਓ, ਆਪਣੇ ਪਰਿਵਾਰ ਨਾਲ ਜਾਇਓ, ਅਤੇ ਸਾਡੇ ਵੱਲੋਂ ਮਤਲਬ ਅਸੀਂ ਪੂਰੀ ਮਿਹਨਤ ਕੀਤੀ ਹਾਂ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗੂਗੀ ਜੀ ਫਿਲਮ। ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ। ਤਾਂ ਇਹ ਸੀ ਰੂਪੀ ਗਿੱਲ, ਜਿਨ੍ਹਾਂ ਨੇ ਬੀਬੀ ਰਜਨੀ ਫਿਲਮ ਦੇ ਵਿੱਚ ਜਿਹੜਾ ਮੁੱਖ ਕਿਰਦਾਰ ਆ ਉਹਨੇ ਪਾਇਆ, ਅਤੇ ਉਹ ਕਹਾਣੀ ਜਿਹੜੀ ਅਸੀਂ ਆਪਣੇ ਦਾਦਿਆਂ ਤੋਂ, ਆਪਣੇ ਨਾਨਿਆਂ ਤੋਂ, ਦਾਦੀਆਂ ਨਾਨੀਆਂ ਤੋਂ ਸੁਣਦੇ ਰਹੇ ਹਾਂ, ਉਹ ਕਹਾਣੀ ਨੂੰ
ਫਿਲਮਾਂਕਣ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਇਹਨਾਂ ਨੇ ਸੇਵਾ ਉਹ ਕੀਤੀ ਹੈ, ਤਾਂ ਲੋੜ ਹੈ ਕਿਤੇ ਨਾ ਕਿਤੇ ਅਸੀਂ ਵੀ ਜ਼ਰੂਰ ਇਹ ਫਿਲਮ ਦੇਖਣ ਜਾਈਏ, ਤਾਂ ਜੋ ਇਹ ਫਿਲਮ ਨੂੰ ਦੇਖਣ ਜਾਵਾਂਗੇ ਜਿੰਨੇ ਇਹਨਾਂ ਦੇ ਪੈਸੇ ਲੱਗੇ ਨੇ ਉਹ ਕਮਾਈ ਹੋਊਗੀ ਜਾਂ ਵਾਪਸ ਮੁੜਨਗੇ, ਤਾਂ ਉਸ ਤੋਂ ਬਾਅਦ ਹੀ ਜਿਹੜੇ ਲੋਕ ਨੇ ਇੱਦਾਂ ਦੀਆਂ ਚੰਗੀਆਂ ਫਿਲਮਾਂ ਲੈ ਕੇ ਆਉਣਗੇ।